ਦੀਦਾਰ ਕਰੋ। ਪ੍ਰਤੱਖ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਪ੍ਰਕਾਸ਼ਮਾਨ ਦੇ ਦੀਦਾਰ ਕਰੋ, ਨੇਤਰ ਚੁੱਕ ਕੇ ਅਤੇ ਹੱਥ ਜੋੜ ਕੇ ਕਹੋ, ਡੰਡੋਤ ਬੰਧਨ ਅਨਕਬਾਰ, ਸਰਬ ਕਲਾ ਸਰਬ ਕਲਾ ਸਮਰੱਥ, ਡੋਲਣ 'ਤੇ ਰੱਖੋ ਪ੍ਰਭੂ ਨਾਨਕ ਦੇ ਕਰ। ਸਾਰੇ ਬੋਲੋ ਨਾਨਕ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ। ਵਾਰ ਵਾਰ ਤਰਲਾ ਪਾਓ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ। ਅਗਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਮਹਾਰੁਤੀ ਆਵਣਾ ਮਹਾਰੁਤੀ ਆਵਣਾ, ਵੇਖੋ ਕਰਮ ਕਮਾਏ, ਵੇਖੋ ਕਰਮ ਕਮਾਏ, ਵੇਖੋ ਕਰਮ ਕਮਾਏ। ਨਾਨਕ ਹਰੇ ਨਾ ਸੁਕਈ, ਨਾਨਕ ਹਰੇ ਹਰੇ ਨਾ ਸੁਕਈ, ਜੇ ਗੁਰਮੁਖ ਰਹੇ ਸਮਾਏ, ਜੇ ਗੁਰਮੁਖ ਰਹੇ ਸਮਾਏ। ਨਾਨਕ ਹਰੇ ਹਰੇ ਨਾ ਸੁਕਈ, ਜੇ ਗੁਰਮੁਖ ਰਹੇ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਵੱਡ ਭਾਗੀ ਪਾਇਆ ਐਸਾ ਗੁਰਵੱਡ ਭਾਗੀ ਪਾਇਆ, ਗੁਰਵੱਡ। ਗੁਰੂ ਹਰਿ ਸਾਹਿਬ ਨੂੰ ਯਾਦ ਕਰੋ। ਗੁਰਵੱਡ ਭਾਗੀ ਪਾਇਆ ਐਸਾ ਗੁਰਵੱਡ ਭਾਗੀ ਪਾਇਆ, ਗੁਰਵੱਡ। ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਸਿਮਰ ਮਨਾ ਸਿਮਰ ਮਨਾ ਸਿਮਰ ਮਨਾ ਸਿਮਰ ਮਨਾ ਸਿਮਰ ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਕੀਰਾ ਦੱਸਿਆ। ਸਿਮਰ ਮਨਾ ਸਿਮਰ ਮਨਾ ਸਿਮਰ ਮਨਾ ਸਿਮਰ ਮਨਾ ਸਿਮਰ ਰਾਮ ਨਾਮ ਚਤਾਰੇ, ਰਾਮ ਨਾਮ ਚਤਾਰੇ, ਰਾਮ ਚੇਤੇ ਕਰ,
ਵਾਹਿਗੁਰੂ 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 ਵਾਹਿ ਕਰੋ ਇਹ ਰਾਹ ਦੱਸਿਆ ਗੁਰੂ ਨੇ ਵਾਹਿਗੁਰੂ 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 ਤੋਂ ਨੀਚ ਗੁਰੂ ਅੰਦਰ ਉਤਰੋ ਵਾਹਿਗੁਰੂ 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 ਵਾਹਿ ਵਾਹਿਗੁਰੂ 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 ਵਾਹਿ ਹਾਂ ਧੰਨ ਗੁਰੂ ਆ ਰਸ ਦੀ ਕਿਰਪਾ ਵਰਗੀ ਲੈਣ 'ਚ ਲੱਗੇ ਜਿਹੜੇ ਉਹ ਵੀ ਜਪੋ ਬਾਹਰ ਲੰਗਰ ਛਕਦਿਆਂ ਜੋੜੇ ਘਰ ਹਰ ਪ੍ਰਾਣੀ ਮੂੰਹ 'ਚੋਂ ਵਾਹਿਗੁਰੂ ਬੋਲੋ ਗੁਰੂ ਪੁਰਖ ਮੰਨੇ ਰੋਮ ਰੋਮ 'ਚੋਂ ਗੁਰੂ 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 ਧੰਨ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਅਪਾਰ ਬਖਸ਼ਿਸ਼ ਹੋ ਗਈ ਰੱਜੋ ਛਿੱਲੇ ਨਾ ਪਾਓ ਸੱਚ ਦਾ ਭੋਜਨ ਹੈ ਇਹੀ ਤਾਂ ਸੱਚ ਦਾ ਭੋਜਨ ਸਭ ਝੂਠੇ ਨਾਮ ਬਿਨਾਂ ਸਭ ਕੂੜ ਸਭ ਝੂਠਿਆ ਵਾਹਿਗੁਰੂ 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 ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਸ ਨੂੰ ਤੇਰਾ ਅੰਗ ਬੋਲੋ ਜਿਹਨੂੰ ਤੂੰ ਮਨਜ਼ੂਰ ਕਰ ਲਿਆ ਇਹਨਾਂ ਦਾ ਮਤਲਬ ਹੈ ਜਿਹਨੂੰ ਤੂੰ ਆਪਣੇ ਦਰ 'ਤੇ ਪ੍ਰਵਾਨ ਕਰ ਲਿਆ ਜਿਸ ਨੂੰ ਤੇਰਾ ਬੋਲ ਕੇ ਬੋਲੋ ਅੰਗੀਕਾਰ ਨਹੀਂ ਕਹਿੰਦੇ ਅੰਗੀਕਾਰ ਕਰਨਾ ਉਹਨੂੰ ਮਨਜ਼ੂਰ ਕਰ ਲੈਣਾ ਆਪਾਂ ਕਹਿੰਦੇ ਵੀ ਰੁਮਾਲਾ ਅੰਗੀਕਾਰ ਕਰੋ ਆਖੋ ਵਾਹਿਗੁਰੂ ਹੇ ਵਾਹਿਗੁਰੂ ਜਿਹੜੇ ਸਿੱਖ ਨੂੰ ਤੂੰ ਆਪਣੇ ਦਰ 'ਤੇ ਪ੍ਰਵਾਨ ਕਰ ਲਿਆ ਵੀ ਤੂੰ ਸਿੱਖ ਹੈ ਤੂੰ ਖੁੱਲ੍ਹ ਕੇ ਬੋਲੋ ਤੂੰ ਜਿਹਨੂੰ ਤੂੰ ਮੰਨ ਲਿਆ ਉਹਦੀ ਇੱਕ ਨਿਸ਼ਾਨੀ ਹੈ ਤਿਸ ਮੁੱਖ ਉਜਲਾ ਤਿਸ ਢਿੱਲੇ ਬੋਲਿਓ ਭੈਣ ਜੀ ਬੋਲਣਾ ਤਿਸ ਸਵਾਹ ਨਹੀਂ ਪੈਣ ਦਿੰਦਾ ਉਹਦੇ ਮੂੰਹ 'ਤੇ ਇੱਥੇ ਬੜੇ ਬੜੇ ਆਪਣੇ ਆਪ ਨੂੰ ਖਵਾਉਣ ਵਾਲਿਆਂ ਦੇ ਮੂੰਹ ਦੇ ਉੱਤੇ ਸਵਾਹ ਪਾ ਦਿੰਦਾ ਕਿ ਨਹੀਂ ਬੋਲੋ ਗੁਰੂ ਕਿਰਸ ਤਿਸ ਮੁੱਖ ਉਜਲਾ ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ ਨਿਰਮਲ ਤੋਂ ਨਿਰਮਲ ਹੋ ਗਿਆ ਜਿਸ ਦੇ ਤੂੰ ਪ੍ਰਭ ਵੱਲ ਉਹ ਬਾਬੇ ਨਾਨਕ ਦੇ ਪੁੱਤਰੋ
ਸਹਿਜ ਪਾਠ ਕਰੋ ਅਤੇ ਉਹਦੇ ਵਿੱਚ ਡੁੱਬ ਜਾਓ, ਉਹਦੇ ਵਿੱਚ ਉੱਤਰ ਜਾਓ। ਜਿਹੜੇ ਸ਼ਬਦ ਪੜ੍ਹਦੇ ਹੋ ਜਿਸ ਤਰ੍ਹਾਂ ਖੂਹ ਵਿੱਚ ਉਤਰੀ ਦਾ ਨਾ, ਕਰ ਹਰ ਟਮਾਲਾ ਟਿੰਡ ਪਰੋਵੋ ਤਿਸ ਪੀਤਰ ਮਨ ਜੋਵੋ, ਮਨ ਕਰਕੇ ਬਾਣੀ ਪੜ੍ਹੋ। ਆੜ ਨਾ ਪੂਰਾ ਕਰੋ ਬਾਬਿਆਂ ਦੇ ਕਹਿਣ 'ਤੇ। ਆਖੋ ਵਾਹਿਗੁਰੂ, 11 ਸੁਖਮਨੀ ਸਾਹਿਬ ਦੇ ਪਾਠ ਕਰਨ ਦੀ ਕੋਈ ਜ਼ਰੂਰਤ ਨਹੀਂ, ਇੱਕੋ ਪਤਾ ਪੜ੍ਹੋ, ਉਹਦੇ 'ਚ ਉੱਤਰ ਜਾਓ, ਉਹਨੂੰ ਆਪਣੇ ਜੀਵਨ 'ਚ ਘਾਲੋ। ਆਖੋ ਵਾਹਿਗੁਰੂ, ਉਹਦੇ ਤੋਂ ਕੁਝ ਸਿੱਖੋ ਜਿਸ ਦੇ ਤੂੰ ਪ੍ਰਭ ਵੱਲ, ਤਿਸ ਕਿਆ ਮੋਸ਼ੰਦਗੀ ਕਿ ਆਉਂਦੀ ਨਹੀਂ ਲੱਗਦੀ। ਬੋਲੋ ਨਾ ਖੁੱਲ੍ਹ ਖੁੱਲ੍ਹ ਕੇ, ਤਿਸ ਕਿਆ ਆਖ ਨਹੀਂ ਦਿੰਦੇ ਮੈਨੂੰ, ਉਹਦੀ ਵੀ ਮੋਸ਼ੰਦਗੀ ਆ, ਮੈਨੂੰ ਉਹਦੀ ਵੀ ਮੋਸ਼ੰਦਗੀ ਆ, ਮੈਂ ਗੱਲ ਕਿਸ ਤਰ੍ਹਾਂ ਕਰਾਂ, ਮੈਨੂੰ ਉਹਦੀ ਵੀ ਮੋਸ਼ੰਦਗੀ ਆ, ਉਹਦੀ ਮੋਸ਼ੰਦਗੀ ਆ। ਹੇ ਵਾਹਿਗੁਰੂ, ਜਿਹਦੇ ਵੱਲ ਤੂੰ ਹੋ ਗਿਓ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮੈਂ ਇੱਕ ਆਪ ਜੀ ਨੂੰ ਹੱਥ ਜੋੜਾਂ ਗੁਰੂ ਕੀ ਸੰਗਤ ਨੂੰ, ਜਿਹਨੂੰ ਗੁਰੂ ਗ੍ਰੰਥ ਸਾਹਿਬ ਗੁਰੂ ਦੇ ਰੂਪ 'ਚ ਨਹੀਂ ਦਿਸਿਆ ਉਹਨੂੰ ਕੁਛ ਨਹੀਂ ਦਿਸਣਾ, ਰੱਬ ਵੀ ਸਾਹਮਣੇ ਖਲੋਤਾ ਹੋਇਆ ਤਾਂ ਵੀ ਨਹੀਂ ਦਿਖਣਾ। ਨੋਟ ਕਰੋ ਕੀ ਕਿਹਾ ਮੈਂ, ਜਿਸ ਨੂੰ ਗੁਰੂ ਦੇ ਰੂਪ 'ਚ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਪ੍ਰਕਾਸ਼ ਹੋਏ ਨਹੀਂ ਦਿਸੇ, ਜੇ ਸਾਹਮਣੇ ਰੱਬ ਵੀ ਆਣ ਕੇ ਖਲੋ ਜਾਏ ਨਾ ਤਾਂ ਆਖੇ ਮੈਂ ਰੱਬ ਹਾਂ। ਆਖੋ ਵਾਹਿਗੁਰੂ, ਅਤੇ ਰੱਬ ਵੀ ਨਹੀਂ ਦਿਸਣਾ, ਇਹ ਬਿਨ ਭਾਗਾਂ ਤੋਂ ਦੀਦਾਰ ਨਹੀਂ ਹੁੰਦੇ। ਆਖੋ ਵਾਹਿਗੁਰੂ, ਧੰਨ ਨੇ ਉਹ ਰੂਹਾਂ ਜਿਨ੍ਹਾਂ ਨੇ ਗੁਰੂ ਦੇ ਰੂਪ 'ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਖਿਆ। ਅਸੀਂ ATM ਦੇ ਰੂਪ 'ਚ ਵੇਖਿਆ, ਤੁਸੀਂ ਕਹੋ ATM ਕਿਉਂ? ਆਖੋ ਵਾਹਿਗੁਰੂ, ਉੱਚੀ ਬੋਲੋ ਵਾਹਿਗੁਰੂ ਵਾਹਿਗੁਰੂ। ATM ਹੁੰਦਾ ਜਿਹਦੇ ਵਿੱਚ ਕਾਰਡ ਪਾਈਏ ਅਤੇ ਕੁਛ ਕਢਾ ਲਈਦਾ। ਅਸੀਂ ਤੇਰੇ 'ਚ ਕਾਰਡ ਪਾਇਆ, ਬਟਨ ਦੱਬਿਆ, ਤੂੰ ਵੀ ਕੁਛ ਦੇ ATM। ਤੁਸੀਂ ਇੱਥੇ ਗੋਲਕ ਵਿੱਚ ਪੈਸਾ ਪਾ ਕੇ ਅੰਬ ਸਾਹਿਬ ਆਣ ਕੇ ਦੂਸਰੇ ਗੁਰਦੁਆਰੇ ਜਾ ਕੇ ਕੀ ਕਰਦੇ ਹੋ? ਕੁਛ ਮੰਗਦੇ ਹੀ ਹੋ ਨਾ। ਆਖੋ ਵਾਹਿਗੁਰੂ, ਤੁਸੀਂ ATM ਦੇ ਰੂਪ 'ਚ, ਦੁਕਾਨ ਦੇ ਰੂਪ 'ਚ ਗੁਰੂ ਨੂੰ ਵੇਖਿਆ ਹੋਊ ਵੀ ਇੱਥੇ ਪੈਸੇ ਪਾਈਏ ਅਤੇ ਮੁੱਲ ਤਾਰ ਕੇ ਕੁਛ ਲੈ ਕੇ ਜਾਈਦਾ, ਇਸ ਤਰ੍ਹਾਂ ਵੇਖਿਆ ਜੀ? ਬੋਲੋ ਨਾ ਜੀ, ਗੁਰੂ ਜੋੜੇ ਝਾੜ ਕੇ ਇੱਥੋਂ ਕੁਛ ਲੈ ਕੇ ਜਾਈਦਾ। ਉੱਚੀ ਬੋਲਿਆ ਕਰੋ, ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰੋ, ਜੋੜੇ ਝਾੜ ਕੇ ਇੱਥੋਂ ਕੁਛ ਲੈ ਕੇ ਜਾਈਦਾ। ਇੱਥੇ ਖੰਡ ਪਾਠ ਸਾਹਿਬ ਕਰਾਈਏ ਤਾਂ ਪੁੱਤਰ ਮਿਲਦਾ ਹੈ, ਇੱਥੇ ਖੰਡ ਪਾਠ ਸਾਹਿਬ ਕਰਾਈਏ ਤਾਂ ਦੋਤਾ ਮਿਲਦਾ ਹੈ। ਇਸ ਰੂਪ 'ਚ ਵੇਖਿਆ, ਇਸ ਰੂਪ 'ਚ ਕਿੰਨੇ ਵੇਖਿਆ? ਗੁਰ ਗਹੁਰ ਦਰਿਆਓ, ਗੁਰ ਗਹੁਰ ਦਰਿਆਓ। ਜਿਹੜੇ ਦਰਿਆ 'ਚ ਦੁਨੀਆ ਡੁੱਬ ਰਹੀ, ਵਾਸ਼ਨਾਵਾਂ ਦੇ ਦਰਿਆ 'ਚ, ਇੱਛਾਵਾਂ ਦੇ ਦਰਿਆ 'ਚ, ਉਹਦਾ ਬੜਾ ਗੌਰ ਆ, ਬੜਾ ਉਸਤਾਦ ਆ, ਬੜਾ ਮਹਿਰਮ ਆ। ਆਖ ਨਹੀਂ ਦਿੰਦੇ ਬੰਦਾ ਬੜਾ ਤਾਰੂ ਆ, ਦਰਿਆ ਦੇ ਵਿੱਚ ਡੁੱਬੀ ਹੋਈ ਚੀਜ਼ ਨੂੰ ਇੱਕ ਮਿੰਟ 'ਚ ਕੱਢ ਕੇ ਬਾਹਰ ਲੈ ਆਉਂਦਾ। ਇਹ ਮੇਰਾ ਗੁਰੂ ਗ੍ਰੰਥ ਸਾਹਿਬ ਜਿਹੜਾ ਪ੍ਰਕਾਸ਼ ਹੋਇਆ ਨਾ, ਇਹ ਡੁੱਬੀ ਹੋਈ ਜ਼ਿੰਦਗੀ ਨੂੰ ਇੱਕ ਛਿਨ ਵਿੱਚ ਬਾਹਰ ਕੱਢ ਕੇ ਲਿਆਉਂਦਾ। ਕੋਈ ਇਸ ਇੱਛਾ ਨਾਲ ਆਵੇ, ਮੈਂ ਡੁੱਬ ਗਿਆ ਜੀ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਪ੍ਰਣਵਤ ਨਾਨਕ ਤਿਨਕੀ ਸਰਣਾ ਜਿੰਤੂ ਨਾਹੀ। ਮਹਾਰਾਜ ਪੰਕਜ ਮੋਹ ਦੱਸਿਓ, ਅੱਜ ਬਾਬਾ ਹਰਿਰਾਏ ਸਾਹਿਬ, ਗੁਰੂ ਹਰਿਰਾਏ ਸਾਹਿਬ ਦੇ ਪੁਰਬ ਦੇ ਉੱਤੇ ਮੇਰੀ ਓ ਧੀਓ, ਮੇਰੇ ਓ ਵੀਰੋ, ਝੋਲੀ ਅੱਡ ਕੇ ਗੁਰੂ ਨੂੰ ਦੱਸੋ ਮੈਂ ਡੁੱਬਿਆ ਜੇ। ਲੋਕ ਮੈਨੂੰ ਪਰਮਜੀਤ ਸੋ ਖਾਲਸਾ ਕਹਿੰਦੇ ਜੇ। ਆਖੋ ਵਾਹਿਗੁਰੂ, ਲੋਕ ਮੈਨੂੰ ਗਿਆਨੀ ਜੀ, ਹੈੱਡ ਗ੍ਰੰਥੀ ਸਾਹਿਬ, ਜਥੇਦਾਰ ਸਾਹਿਬ ਕਹਿੰਦੇ ਜੇ, ਮਗਰ ਮੈਂ ਆਪਣੇ ਆਪ ਨੂੰ ਵੇਖਿਆ, ਹਮ ਦੇਖਾ, ਕਿਸੇ ਨੇ ਤਾਂ ਮੈਨੂੰ ਵੇਖਿਆ ਹੀ ਨਹੀਂ। ਪਤਾ ਲੱਗ ਗਿਆ, ਹਮ ਦੇਖਾ, ਹਮ ਦਾ ਮਤਲਬ ਖੁਦ ਵੇਖਿਆ,
ਅਤੇ ਸੱਚੀ ਮੁੱਚੀ ਕਿਸੇ ਨੂੰ ਨਹੀਂ ਪਤਾ ਕੋਈ ਕਿੱਥੇ ਡੁੱਬਿਆ ਹੈ। ਨੋਟ ਕਰਿਓ, ਕੋਈ ਬੋਲੋ ਧੀਓ, ਸੁਚੇਤ ਹੋ ਕੇ ਵੈਸੇ ਨਾ ਸਿਰ ਹਿਲਾਇਓ, ਬੜੇ ਹਿਲਾਉਂਦੀਆਂ ਜੇ ਤੁਸੀਂ ਉੱਥੇ ਵੀ ਸੁਚੇਤ ਹੋ ਕੇ ਗੱਲ ਨੂੰ ਸੁਣੋ ਵੀ ਜਿਹੜਾ ਬੰਦਾ ਜਿੱਥੇ ਡੁੱਬਿਆ ਉਹਨੂੰ ਖੁਦ ਨੂੰ ਪਤਾ ਹੈ। ਜੇ ਤਾਂ ਦਰਿਆ 'ਚ ਡੁੱਬੇ ਪਾਣੀ ਦੇ 'ਚ ਅਤੇ ਕਿਸੇ ਨੇ ਵੇਖ ਲੈਣਾ ਫਲਾਣਾ ਡੁੱਬ ਗਿਆ ਫਲਾਣਾ ਡੁੱਬ ਗਿਆ, ਜਿਹੜਾ ਵਾਸ਼ਨਾਵਾਂ 'ਚ ਡੁੱਬਾ ਉਹਦਾ ਕਿਤਨਾ ਚੇਤਾ ਕਰੋਗੇ, ਕਿਤਨਾ ਨਹੀਂ ਉਹਨੂੰ ਕਿਤਨਾ ਜੱਜ ਕਰੋਗੇ। ਮੂੰਹ ਤੋਂ ਤਾਂ ਖੁੱਲ੍ਹਾ ਦਾੜਾ ਹੈ, ਅੱਖਾਂ ਤਾਂ ਸੋਹਣੀਆਂ ਨੇ, ਮੂੰਹ 'ਤੇ ਚਮਕਦਾ ਹੈ। ਮੇਰਾ ਬਾਬਾ ਕਹਿੰਦਾ ਤੂੰ ਕਹਿ ਇਹਨੂੰ ਆਣ ਕੇ, ਆਖੋ ਵਾਹਿਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿ, ਦੱਸ ਸਤਿਗੁਰੂ ਮੈਂ ਅੱਜ ਵੇਖਿਆ 70 ਸਾਲ ਦੀ ਮੇਰੀ ਉਮਰ ਹੋ ਗਈ, 75 ਦੀ, ਮੈਂ ਇੱਕ ਕਦਮ ਨਹੀਂ ਜੇ ਅਜੇ ਸੁਰਤ ਕਰਕੇ ਅੱਗੇ ਤੁਰਿਆ। ਆਖੋ ਵਾਹਿਗੁਰੂ, ਉੱਚੀ ਬੋਲੋ, ਥੋੜ੍ਹਾ ਬਲ ਮਿਲੇ। ਮੈਂ ਤੁਸੀਂ ਬੋਲੋ ਹਾਂ ਭਲਾ ਜਿਹੜੀ ਮੈਂ ਗੱਲ ਕਹੀ, ਮੈਂ ਇੱਕ ਕਦਮ ਵੀ ਸੁਰਤ ਕਰਕੇ ਜਦੋਂ ਜਵਾਨੀ ਸੀ ਉਦੋਂ ਵੀ ਡੁੱਬਿਆ ਸਾਂ, ਬਚਪਨ ਵਿੱਚ ਵੀ ਡੁੱਬਿਆ ਸਾਂ, ਖੇਡਣ ਵਿੱਚ ਡੁੱਬਾ ਸਾਂ, ਉਦੋਂ ਜਵਾਨੀ ਖਾਣ ਪੀਣ ਵਿੱਚ ਭੋਗਣ ਵਿੱਚ ਡੁੱਬਿਆ ਸਾਂ। ਅੱਜ ਗਰੀਬ ਨੂੰ ਅੱਜ ਮੈਂ ਮੋਹ ਦੇ ਜਾਲ ਵਿੱਚ ਡੁੱਬਿਆ ਪਿਆ, ਪੰਕਜ ਮੋਹ ਪੱਗ ਨਹੀਂ ਚਾਲੇ, ਪੱਗ ਮਣੇ ਆ ਬੱਚੇ ਫੜੋ, ਪੱਗ ਮਣੇ ਪੈਰ, ਇੱਕ ਵੀ ਕਦਮ ਮੇਰਾ ਅੱਗੇ ਨਹੀਂ ਜੇ ਪੁੱਟਿਆ ਗਿਆ, ਸੱਚ ਦੱਸ ਦਿਓ ਤਾਰ ਦੂਗਾ, ਸੱਚ ਦੱਸੋ ਵੀ ਡੁੱਬੇ ਪਏ ਹਾਂ। ਬੜੇ ਰਾਗੀ ਆਉਣਗੇ, ਢਾਡੀ ਆਉਣਗੇ, ਪ੍ਰਚਾਰਕ ਆਉਣਗੇ, ਜਿਹੜੇ ਕਹਿਣਗੇ ਗੁਰੂ ਰੂਪ ਸਾਧ ਸੰਗਤ ਜੀ ਕਹਿਣਗੇ, ਮਗਰ ਸ਼ੀਸ਼ਾ ਤਾਂ ਵੇਖਣਾ ਪੈਣਾ। ਕਿਸੇ ਨੇ ਤਾਂ ਕਹਿਤਾ ਤੁਹਾਨੂੰ ਗੁਰੂ ਰੂਪ, ਮਗਰ ਸ਼ੀਸ਼ਾ ਤਾਂ ਬੋਲੋ, ਹੱਕ ਹੱਕ ਆਈ ਨਾ ਗੁਰੂ ਗੋਬਿੰਦ ਸਿੰਘ, ਇਹ ਸੱਚ ਦੇ ਸ਼ੀਸ਼ੇ 'ਚ ਮੂੰਹ 'ਤੇ ਵੇਖਣਾ ਹੀ ਪੈਣਾ ਹੈ ਅਤੇ ਕਹਿਣਾ ਪੈਣਾ ਓਏ ਹੋਏ ਗੁਰੂ ਸਾਹਿਬ ਜੀ ਤੁਹਾਡੇ ਸਾਹਮਣੇ ਆਇਆ, ਅੱਜ ਮੈਨੂੰ ਚੇਤਾ ਆਇਆ ਮੈਂ ਤਾਂ ਡੁੱਬਿਆ ਪਿਆ। ਮੈਨੂੰ ਲੋਕ ਗੁਰਮੁਖ ਕਹਿੰਦੇ, ਮੈਨੂੰ ਲੋਕ ਬਹੁਤ ਬਹੁਤ ਨਾਵਾਂ ਨਾਲ ਮਹਾਂਪੁਰਸ਼ ਵੀ ਕਹਿ ਦਿੰਦੇ। ਪੰਕਜ ਮੋਹ ਪੱਗ ਨਾ ਕਹੋ ਪੱਗ, ਪੰਕਜ ਮੋਹ ਪੱਗ ਨਹੀਂ ਚਾਲੇ। ਕਿਸੇ ਨੇ ਤਾਂ ਮੈਨੂੰ ਵੇਖਿਆ ਹੀ ਨਹੀਂ, ਕਿਸੇ ਨੂੰ ਤਾਂ ਮੈਂ ਦੱਸਿਆ ਹੀ ਨਹੀਂ। ਮੇਰੇ ਪਰਨੇ ਨੇ ਢੱਕ ਲਿਆ, ਮੇਰੇ ਦਾੜੇ ਨੇ ਢੱਕ ਲਿਆ, ਮੇਰੇ ਸ੍ਰੀ ਸਾਹਿਬ ਨੇ ਢੱਕ ਲਿਆ, ਮੇਰਾ ਅੰਦਰ ਸਭ ਕੁਛ। ਦੱਸੋ ਦੱਸੋ, ਤੁਸੀਂ ਵੀ ਦੱਸੋ, ਜਿਨ੍ਹਾਂ ਜਿਨ੍ਹਾਂ ਅੰਮ੍ਰਿਤ ਛਕਿਆ, ਪੰਜ ਕਕਾਰ ਪਾਏ ਨੇ, ਬੜੇ ਬੜੇ ਆਪਣੇ ਆਪਣਾ ਸਰੂਪ ਬਣਾਏ ਨੇ, ਇੱਕ ਵਾਰ ਦੱਸੋ ਇਹਨੂੰ, ਮਹਾਰਾਜ ਮੈਂ ਤਾਂ ਇੱਕ ਕਦਮ ਵੀ ਨਹੀਂ ਅਜੇ ਤੁਰਿਆ, ਅੱਜ ਮੈਂ ਵੇਖਿਆ ਤਾਂ ਮੈਂ ਤਾਂ ਡੁੱਬਿਆ ਪਿਆ। ਇਹ ਤੁਹਾਨੂੰ ਕਹਿਣਾ ਪੈਣਾ ਹੈ, ਇਹ ਸੱਚ ਤੁਹਾਨੂੰ ਕਹਿਣਾ ਪੈਣਾ ਹੈ। ਅੰਮ੍ਰਿਤ ਵੇਲੇ ਵੀ ਕਿਹਾ ਸੀ ਨਾ, ਸੱਚ ਸੁਣਾਏ ਸੀ। ਕਿੰਨਾ ਚਿਰ ਆਪਾਂ ਇੱਕ ਦੂਸਰੇ ਨੂੰ, ਤੁਹਾਨੂੰ ਮੈਂ ਗੁਰਮੁਖ ਕਹੀ ਜਾਂ ਤੁਸੀਂ ਮੇਰੇ ਲਈ ਰੁਪਈਆਂ ਦਾ ਢੇਰ ਲਾਈ ਜਾਓ, ਮੈਂ ਚੁੱਕ ਕੇ ਤੁਰ ਪਾਂ, ਇਤਨਾ ਨਹੀਂ ਬਣਨਾ। ਆਖਰ ਦੁਨੀਆਂ ਦਾ ਇਲਾਜ ਹੈ ਆ ਗੁਰਬਾਣੀ, ਆਖੋ ਵਾਹਿਗੁਰੂ, ਦੁਨੀਆਂ ਦਾ ਇਲਾਜ ਹੈ ਕਿ ਅਤੇ ਗੁਰਬਾਣੀ ਨੂੰ ਸੁਣਨਾ ਪੈਣਾ ਹੈ। ਇਹ ਸ਼ਬਦ ਤੁਹਾਨੂੰ ਅਤੇ ਮੈਨੂੰ ਕਹਿਣੇ ਨੇ ਪੈਣੇ ਨੇ। ਹਮ ਦੇਖਾ ਤਹਿ, ਜਿੱਥੇ ਪਹਿਲਾਂ ਡੁੱਬਿਆ ਸਾਂ ਬਚਪਨ ਵਿੱਚ ਜਵਾਨੀ ਵਿੱਚ, ਸਰੂਪ ਬਦਲ ਗਏ ਪਾਣੀ ਦੇ, ਸਰੂਪ ਬਦਲਦੇ ਰਹੇ। ਉਦੋਂ ਖੇਡਾਂ ਸੀ, ਖੇਡਾਂ ਵਿੱਚ ਮਨ ਲੱਗਾ ਸੀ, ਵੱਡਾ ਹੋਇਆ ਖਾਣ ਪੀਣ ਵਿੱਚ, ਸਮਝ ਰਹੇ ਹੋ ਜੀ, ਵੱਡਾ ਹੋਇਆ ਖਾਣ ਪੀਣ ਵਿੱਚ, ਐਸਾ ਡੁੱਬਿਆ ਚੇਤਾ ਹੀ ਨਾ ਰਿਹਾ ਮੈਂ ਬੁੱਢੇ ਵੀ ਹੋਣਾ ਹੈ, ਉੱਥੇ ਡੁੱਬਾ ਰਿਹਾ। ਅੱਜ ਮੈਨੂੰ ਪੋਤਰੇ ਦਾ ਮੋਹ, ਅੱਜ ਮੈਨੂੰ ਘਰ ਦਾ ਮੋਹ, ਅੱਜ ਮੈਨੂੰ ਪ੍ਰੋਪਰਟੀ ਦਾ ਮੋਹ ਸਤਾਉਂਦਾ ਕਿ ਨਹੀਂ, ਬੋਲੋ ਨਾ ਗੁਰੂ ਕੇ ਸਿੱਖੋ, ਉਹਦੇ ਵਿੱਚ ਮੈਂ ਡੁੱਬਿਆ ਪਿਆ। ਗਰੀਬ ਨਿਵਾਜ ਦੇ ਚਰਨਾਂ ਵਿੱਚ ਬੇਨਤੀ ਕਰ, ਹਮ ਦੇਖਾ ਤੈਂ ਪ੍ਰਣਵਤ ਨਾਨਕ ਜਿੰਤੂ ਨਾਈ, ਤੂੰ ਕਹਿ
ਗਰੀਬ ਨਿਵਾਜ, ਮੈਂ ਉਹਨਾਂ ਦੀ ਰਾਹੀਂ ਆ ਸਕਦਾ ਤੇਰੇ ਕੋਲ ਜਿਨ੍ਹਾਂ ਨੂੰ ਤੂੰ ਵਿਸਰਦਾ ਨਹੀਂ, ਜਿਸ ਨੂੰ ਤੇਰਾ ਅੰਗ ਅਤੇ ਸਮੁੱਖ ਉਜਲਾ, ਜਿਸ ਦੇ ਤੂੰ ਪਰਾ ਵੱਲ ਸੋ ਨਿਰਮਲੀ ਹੂੰ ਨਿਰਮਲਾ, ਜਿਸ ਦੇ ਤੂੰ ਪਰਾ ਵੱਲ ਤਿਸਕਿਆ ਮੁਸ਼ੰਦਗੀ, ਜਿਸਨੋਂ ਤੇਰੀ ਮਿਹਰ। ਖੁੱਲ੍ਹ ਕੇ ਬੋਲੋ ਸੋ ਤੇਰੀ। ਮਹਾਰਾਜ ਜਿੱਥੇ ਤੂੰ ਮਿਹਰਬਾਨ ਹੋ ਜਾਏ, ਜਿੱਥੇ ਤੂੰ ਦਿਆਲੂ ਹੋ ਜਾਏ, ਉਹਦੇ ਕੋਈ ਵੱਖਰੇ ਪਰ ਨਹੀਂ ਨਿਕਲਾਉਂਦੇ, ਉਹਦੀ ਕੋਈ ਵੱਖਰੀ ਨਿਸ਼ਾਨੀ ਨਹੀਂ ਹੋ ਜਾਂਦੀ ਵੀ ਹੱਥ ਚਾਰ ਹੋ ਜਾਂਦੇ ਨੇ, ਉਹਦੀ ਕੋਈ ਵੱਖਰੀ ਨਿਸ਼ਾਨੀ ਨਹੀਂ ਵੀ ਸਰੀਰ ਵਿੱਚ ਕੋਈ ਇਸ ਤਰ੍ਹਾਂ ਦੇ ਸਾਈਨ ਆ ਜਾਂਦੇ ਵੀ ਇਹਦੇ ਵੱਲ ਰੱਬ ਹੋ ਗਿਆ। ਜਿਹਦੇ ਵੱਲ ਰੱਬ ਹੋ ਗਿਆ, ਜਿਸਨੂੰ ਤੇਰੀ ਮਿਹਰ ਸੋ ਤੇਰੀ, ਉਹ ਤੇਰੀ ਬੰਦਗੀ ਕਰਨ ਲੱਗ ਪੈਂਦਾ, ਉਹ ਅੰਮ੍ਰਿਤ ਵੇਲੇ ਉੱਠਣ ਲੱਗ ਪੈਂਦਾ, ਉਹ ਇਸ਼ਨਾਨ ਕਰਕੇ ਵਾਹਿਗੁਰੂ ਵਾਹਿਗੁਰੂ ਵਾਹਿ, ਖੁੱਲ੍ਹ ਕੇ ਬੋਲੋ ਵਾਹਿਗੁਰੂ 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 ਵਾਹ, ਇਹ ਮਿਹਰ ਦੀ ਨਿਸ਼ਾਨੀ। ਵਾਹਿਗੁਰੂ 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 ਵਾਹਿਗੁਰੂ। ਉੱਚੀ ਜਪੋ ਤੀ ਉਹ ਉੱਚੀ ਜਪੋ ਵਾਹਿਗੁਰੂ 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 ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੰਮ੍ਰਿਤ ਵੇਲੇ ਦੇ ਦੀਵਾਨ 'ਚ ਵੀ ਆਪਾਂ ਬਚਨ ਕੀਤੇ ਸੀ, ਜਿਹੜੇ ਜਿਹੜੇ ਸੁਣਿਆ ਜਿਨ੍ਹਾਂ ਨੇ ਗੁਰਸਿੱਖਾਂ ਮਨ ਬੋਲੋ, ਕਿਉਂ ਚੁੱਪ ਕਿਉਂ ਹੋ ਗਏ ਹੋ ਮੋਹਾਲੀ ਵਾਲੇ ਹੋ ਚੰਡੀਗੜ੍ਹ ਵਾਲੇ ਹੋ, ਬੋਲੋ ਨਾ ਗੁਰਸਿੱਖਾਂ ਮਨ ਕਿੰਨਾ ਦੇ ਉਹਨੂੰ ਆ ਨਾ ਜਿਹਨੇ ਵੇਖ ਲਿਆ, ਤਨ ਮਨ ਹੋਏ ਨਿਹਾਲ, ਨਿਹਾਲ ਜਿਹੜੇ ਨਿਹਾਲ ਹੋ ਗਏ ਉਹਨਾਂ ਨੂੰ ਵਧਾਈਆਂ ਨੇ ਨਾ। ਆਖੋ ਏ ਗੁਰੂ, ਥੋੜ੍ਹਾ ਜਿਹਾ ਤਰਕ ਵਾਲੇ ਬਚਨ ਨੇ ਸੁਣ ਲਿਓ, ਹੱਥ ਜੋੜ ਕੇ ਬੇਨਤੀ ਹੈ। ਕਿੰਨਾ ਚਿਰ ਬਹਿ ਜਾਓ ਜੀ, ਹੁਣ ਬੈਠ ਜਾਓ ਪੁੱਤਰ, ਬਹੁਤ ਸੋਹਣਾ ਤੇਰਾ ਸਪੀਕਰ। ਕਿੰਨਾ ਚਿਰ ਅਸੀਂ ਆਪਣੇ ਆਪ ਨੂੰ ਧੋਖਾ ਦੇਵਾਂਗੇ। ਵਧਾਈਆਂ ਜੀ ਵਧਾਈਆਂ, ਅੱਜ ਗੁਰੂ ਹਰਿਰਾਜ ਸਾਹਿਬ ਦੇ ਪੁਰਬ ਦੀਆਂ ਵਧਾਈਆਂ, ਵੇਖਿਆ ਜੀ ਉਹਨੂੰ, ਬੋਲੋ ਨਾ ਗੁਰੂ ਕਿਸੇ ਕੋਲ ਵੇਖਿਆ, ਜਿਹਨਾਂ ਵੇਖਿਆ ਉਹਨਾਂ ਨੂੰ ਵਧਾਈਆਂ। ਅਸੀਂ ਜਦੋਂ ਇਹ ਥੋੜ੍ਹੀ ਜਿਹੀ ਵਿਚਾਰ ਕਰਾਂਗੇ ਤਾਂ ਫਿਰ ਕੋਸ਼ਿਸ਼ ਕਰਾਂਗੇ ਅਸੀਂ ਗੁਰੂ ਨੂੰ ਵੇਖੀਏ, ਜਿਸ ਰੂਪ 'ਚ ਗੁਰੂ ਨੂੰ ਵੇਖਣਾ ਚਾਹੀਦਾ ਉਸ ਰੂਪ 'ਚ ਗੁਰੂ ਨੂੰ ਵੇਖੀਏ। ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੋਣ ਧਰਤੀ 'ਤੇ, ਅਤੇ 99 ਸਿੱਖ ਡੁੱਬ ਜਾਣ ਸ਼ਰਾਬ 'ਚ, ਇੱਥੋਂ ਪਤਾ ਲੱਗਾ ਗੁਰੂ ਨੂੰ ਮੰਨਦੇ ਰਹੇ ਨੇ, ਗੁਰੂ ਨੂੰ ਵੇਖਿਆ ਨਹੀਂ। ਮੰਨਦੇ ਰਹੇ ਹਾਂ ਵੀ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਗੁਰੂ। ਖੁੱਲ੍ਹ ਕੇ ਬੋਲੋ ਸਾਡੇ ਗੁਰੂ ਦਾ ਨਾਮ ਗੁਰੂ, ਅਤੇ ਮੈਂ ਰੋਜ਼ ਜਾ ਕੇ ਅੰਬ ਸਾਹਿਬ ਦਰਸ਼ਨ ਵੀ ਕਰਦਾ, ਦੇਖਿਆ ਨਹੀਂ ਅਜੇ ਤੱਕ, ਜਿੰਨੀ ਮੇਰਾ ਸਤਿਗੁਰ ਡਿੱਠਾ, ਜਿਹਨਾਂ ਡਿੱਠਾ, ਅਤੇ ਡਿੱਠੇ ਦੀਆਂ ਤਾਂ ਬੜੀਆਂ ਕਹਾਣੀਆਂ ਅੱਗੇ ਲਿਖੀਆਂ ਨੇ,
ਤੁਧ ਡਿੱਠੇ ਸੱਚੇ ਪਾਤਸ਼ਾਹ। ਬੋਲੋ ਭਲਾ, ਉੱਚੀ ਉੱਚੀ ਬੋਲੋ, ਇਹ ਨਿਸ਼ਾਨੀ ਆ, ਮੈਂ ਆਪ ਜੀ ਦੇ ਨਾਲ ਸਾਂਝੀ ਕਰਨੀ। ਤੁਧ ਡਿੱਠੇ ਸੱਚੇ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਨੇ ਤੈਨੂੰ ਵੇਖਿਆ, ਤੁਧ ਡਿੱਠੇ ਮਲ, ਅਤੇ ਜੇ ਅਜੇ ਵੀ ਮਿਲੇ ਆ, ਅਜੇ ਵੀ ਕਰਦਾਰ ਮਿਲਿਆ ਹੈ, ਸੋਚ ਮਿਲੀ ਆ, ਈਰਖਲੂ ਆ, ਨਿੰਦਕ ਆ, ਅਤੇ ਸਮਝ ਲਓ ਅਜੇ ਉਹਨੂੰ ਦੇਖਿਆ ਨਹੀਂ। ਸਵੇਰੇ ਇੱਕ ਬਚਨ ਕੀਤਾ ਸੀ, ਤੁਸੀਂ ਸੁਣਿਆ, ਜਿਹੜੀ ਸੰਗਤ 34 ਸੁਣਦੀ ਸੀ, ਵੀ ਪਾਰਸ ਅਤੇ ਲੋਹਾ ਦੋ ਧਾਤੂ ਨੇ, ਆਖੋ ਵਾਹਿਗੁਰੂ, ਉੱਚੀ ਬੋਲੋ, ਪਾਰਸ ਅਤੇ ਲੋਹਾ, ਇਹਨਾਂ ਦੀ ਇੱਕ ਬੜੀ ਪ੍ਰੀਤੀਕਰ ਕਹਾਣੀ। ਕਿੰਨਾ ਲੋਹਾ ਗਲਿਆ ਹੋਵੇ ਉਹਨੂੰ ਮਨੂਰ ਕਹਿੰਦੇ, ਕਿਹੜਾ ਲੋਹਾ ਜੀ, ਮਨੂਰ, ਮਨੂਰ ਜਿਹੜਾ ਗਲ ਗਲ ਕੇ ਪੀਲਾ ਜਿਹਾ ਹੋ ਗਿਆ ਹੋਵੇ ਉਹਨੂੰ ਕੀ ਕਹਿੰਦੇ। ਆਪਣੀ ਝਾਤੀ ਵੀ ਮਾਰੋ, ਮੈਂ ਵੀ ਮਾਰਦਾ ਪੈਰਾਂ ਤੋਂ ਲੈ ਕੇ ਸਿਰ ਤੱਕ, ਹਾਂ ਤਾਂ ਅਸੀਂ ਵੀ ਮਨੂਰ ਹੀ, ਗਲ 'ਤੇ ਗਏ ਹਾਂ, ਆਖੋ ਵਾਹਿਗੁਰੂ, ਗਲ 'ਤੇ ਗਏ ਹਾਂ, ਮਗਰ ਕਿਸੇ ਨੂੰ ਵੇਖਿਆ ਜਿਹੜਾ ਗਲਿਆ ਜਿਹਾ ਲੋਹਾ ਹੁੰਦਾ ਵੀ ਦੂਰੋਂ ਪੀਲਾ ਜਿਹਾ ਦਿਸਦਾ, ਸਾਡੇ ਮੂੰਹ ਵੀ ਵੇਖ ਲਓ ਪੀਲੇ ਪਏ, ਆਖੋ ਵਾਹਿਗੁਰੂ, ਲਾਲ ਨਹੀਂ ਗੇ, ਧਿਆਨ ਦਿਓ ਜੀ, ਲਾਲ ਨਹੀਂ ਗੇ, ਕੀ ਨੇ, ਪੀਲੇ ਪਏ, ਆਖੋ ਵਾਹਿਗੁਰੂ। ਆਉਂਦੇ ਉਹਨੇ ਸੱਪ ਵੇਖਿਆ, ਉਹਦਾ ਰੰਗ ਪੀਲਾ ਪੈ ਗਿਆ। ਸਾਡੀ ਕਹਾਣੀ ਵੀ ਇਸ ਤਰ੍ਹਾਂ ਦੀ ਆ, ਨੋਟ ਕਰਿਓ। ਸਵੇਰੇ ਵੀ ਕਿਹਾ ਸੀ, ਆਪ ਜੀ ਦੇ ਚਰਨਾਂ 'ਚ ਤਰਲਾ ਹੈ, ਖੁਸ਼ੀਆਂ ਮੈਨੂੰ ਵੀ ਨੇ, ਖੁਸ਼ੀਆਂ ਤੁਹਾਨੂੰ ਵੀ ਆ, ਮਗਰ ਖੁਸ਼ੀਆਂ ਦੇ ਵਿੱਚ ਪਤਾ ਤਾਂ ਲੱਗੇ ਖੁਸ਼ੀ ਹੈ ਕਾਹਦੀ, ਆਖੋ ਵਾਹਿਗੁਰੂ। ਪਾਰਸ ਅਤੇ ਲੋਹਾ ਜਦੋਂ ਇੱਕ ਦੂਸਰੇ ਨੂੰ ਛੂਹਦੇ ਆ, ਨੋਟ ਕਰੋ, ਤੁਸੀਂ ਤਾਂ ਸਵੇਰੇ ਸੁਣਿਆ, ਜਦੋਂ ਇੱਕ ਦੂਸਰੇ ਨੂੰ ਕਿੰਨੇ ਕੁ ਸਾਲ ਲੱਗਦੇ ਬਦਲਦੇ ਆ, ਬੋਲੋ ਜੀ, ਇੱਕ ਸਕਿੰਟ ਵੀ ਨਹੀਂ, ਇੱਧਰੋਂ ਨਾਲ ਲੱਗੇ, ਇੱਧਰੋਂ ਲੋਹਾ ਸੋਨਾ ਹੋ ਗਿਆ। ਤੁਸੀਂ ਦੱਸੋ ਕਦੋਂ ਦੇ ਇੱਥੇ ਆਣ ਕੇ ਮੱਥਾ ਟੇਕਦੇ ਹਾਂ ਆਪਾਂ, ਚੁਗਲ ਚੁਗਲੀ ਆ, ਨਿੰਦਕ ਨਿੰਦਕ ਹੀ ਆ, ਵਕਾਰੀ ਵਕਾਰੀ ਆ, ਫਿਰ ਕਾਹਦੀ ਵਧਾਈ। ਵਧਾਈ ਤਾਂ ਭਾਈ ਜੀ ਉਦਣ ਆ ਜਿੱਦਣ ਮਸਤਕ ਆਣ ਕੇ ਇੱਥੇ ਲੱਗਾ, ਅਤੇ ਨਿੰਦਾ ਵਿੱਚੋਂ ਖੰਭ ਲਾ ਕੇ ਉੱਡ ਗਈ, ਈਰਖਾ ਵਿੱਚੋਂ ਖੰਭ ਲਾ ਕੇ ਉੱਡ ਗਈ, ਆਖੋ ਵਾਹਿਗੁਰੂ, ਸ਼ਰਾਬ ਪੀਣ ਵਾਲੀ ਆਦਤ ਵਿੱਚੋਂ ਖੰਭ ਲਾ ਕੇ ਉੱਡ ਗਈ, ਈਰਖਾ ਕਰਨ ਵਾਲੀ ਵਿਸਰ ਗਈ। ਇਹ ਉਸ ਘੜੀ ਦੀ ਹੈ ਜੀ, ਉਸ ਘੜੀ ਦੀ ਮੂਮੈਂਟ ਆ, ਸਾਰਾ ਹੀ ਸਾੜਾ ਹੀ ਭੁੱਲ ਗਿਆ, ਵਿਸਰ ਗਈ ਸਭ ਤਾਤ, ਤਾਤ ਮੈਨੇ ਸਾੜਾ, ਸਾੜਾ ਸਣ ਵਾਲੀ, ਇੱਕ ਦੂਸਰੇ ਨਾਲ ਵੇਖ ਕੇ ਸਣ ਵਾਲੀ ਸਾਰੀ ਬਿਰਤੀ ਮੈਨੂੰ ਭੁੱਲ ਗਈ, ਕਦੋਂ। ਅਤੇ ਤੁਸੀਂ ਤਿੰਨ ਦਿਨ ਤੋਂ ਕੀ ਕਰ ਰਹੇ ਹੋ, ਰਿਜ਼ਲਟ ਲੱਭੋ, ਰਿਜ਼ਲਟ ਲੱਭੋ, ਦਵਾਈ ਦਾ ਰਿਜ਼ਲਟ ਲੱਭੋ। ਇੱਕ ਡਾਕਟਰ ਤੁਹਾਨੂੰ ਦਵਾਈ ਦਿੰਦਾ ਹੈ, ਤੁਹਾਡੇ ਢਿੱਡ 'ਚ ਬਹੁਤ ਪੀੜ ਹੋ ਨਹੀਂ ਰਹੀ ਆ, ਅਤੇ ਡਾਕਟਰ ਕਹਿੰਦਾ ਆ ਲੈ ਦਵਾਈ ਖਾ, 5 ਮਿੰਟ ਬਾਅਦ ਪੁੱਛਦਾ ਕੁਛ ਫਰਕ ਪਿਆ, ਕਹਿੰਦੇ ਕਿ ਨਹੀਂ, ਬੋਲੋ ਨਾ, ਬੋਲੋ ਨਾ, ਗੁਰੂ ਕੇ ਸਿੱਖੋ, ਤੁਸੀਂ ਵੀ ਚੈੱਕ ਕਰੋ, ਕਿੰਨੇ ਸਾਲਾਂ ਤੋਂ ਬਾਣੀ ਪੜ੍ਹ ਰਹੇ, ਕਿੰਨੇ ਸਾਲਾਂ ਤੋਂ ਨਾਮ ਜਪ ਰਹੇ ਹੋ, ਕਿੰਨੇ ਸਾਲਾਂ ਤੋਂ ਸੰਗਤ ਕਰ ਰਹੇ ਹੋ, ਅਤੇ ਫਿਰ ਕਿਉਂ ਨਹੀਂ ਇਹ ਗੱਲ ਸੋਚਦੇ ਵੀ ਮੇਰੇ 'ਤੇ ਉਹ ਭਾਵਨਾ, ਉਹ ਘੜੀ ਅਜੇ ਭਾਗਾਂ ਵਾਲੀ ਆਈ ਨਹੀਂ, ਵਿਸਰ ਗਈ ਸਭ ਤਾਤ ਪਰਾਈ ਜਪਤੇ, ਜਪਤੇ ਦਾ ਮਤਲਬ ਜਦੋਂ ਤੋਂ ਮੈਂ ਸੰਗਤ ਕਰਨੀ ਸ਼ੁਰੂ ਕਰਤੀ ਆ, ਮੇਰੇ ਅੰਦਰੋਂ ਸਾੜਾ ਸੂੜਾ ਸਭ ਮੁੱਕ ਗਿਆ, ਕਿਉਂਕਿ ਮੈਂ ਸੰਗਤ ਕਰਦੀ ਹਾਂ। ਕੌਣ ਮੰਨੂਗਾ ਤੁਹਾਨੂੰ, ਤੁਸੀਂ ਗੁਰੂ ਨਾਨਕ ਦੇ ਸਿੱਖ ਹੋ, ਮੁਸਲਮਾਨਾਂ ਨੂੰ ਕਹਿਣ ਵਾਲੇ ਹੋ, ਇਹਨਾਂ 'ਚ ਇਹ ਨੁਕਸ ਹੈ, ਈਸਾਈਆਂ 'ਚ ਇਹ ਨੁਕਸ ਆ, ਬ੍ਰਾਹਮਣਾਂ 'ਚ ਇਹ ਨੁਕਸ ਆ, ਆਪਣੇ ਅੰਦਰ ਨਹੀਂ ਕਦੀ ਵੇਖੀ।
ਆਪਣੇ ਅੰਦਰ ਨਹੀਂ ਵੇਖੇ, ਸਰੂਪ ਹੀ ਵੱਖਰਾ ਹੈ ਨਾ। ਆਖੋ ਵਾਹਿਗੁਰੂ, ਥੋੜ੍ਹਾ ਜਿਹਾ ਨੋਟ ਕਰਿਓ ਗੱਲਾਂ। ਸਰੂਪ ਹੀ, ਉਹਨੇ ਜਨੇਊ ਪਾਇਆ ਮੈਂ ਕਿਰਪਾਨ ਪਾਈ, ਉਹਨੇ ਸੁੰਨਤ ਕੀਤੀ ਮੈਂ ਕਿਰਪਾਨ ਪਾਈ। ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। ਤੁਸੀਂ ਸਮਝ ਰਹੇ ਹੋ ਜੀ ਮੈਂ ਕੀ ਕਹਿ ਰਿਹਾ? ਸਰੂਪ ਹੀ ਵੱਖਰੇ ਆ ਨਾ ਬਾਬੇ ਨਾਨਕ ਦੇ ਪੁੱਤਰੋ, ਤੁਹਾਡਾ ਵੀ। ਤੁਹਾਨੂੰ ਹੱਥ ਜੋੜ ਕੇ ਬੇਨਤੀ, ਬੀਬੀ ਹੋ ਤੁਹਾਡੇ ਗੱਲ 'ਚ ਕਿਰਪਾਨ ਆ, ਕਿਸੇ ਨੇ ਕ੍ਰੋਸ ਪਾਇਆ, ਕਰਤੂਤਾ ਇੱਕੋ ਜੀ। ਬੋਲੋ ਨਾ, ਸੱਚ ਤਾਂ ਬੋਲੋ। ਸੁਭਾਅ ਸੋਚ ਇੱਕੋ ਜੀ, ਜਿਹੜੀ ਈਸਾਈ ਦੀ ਆ, ਜਿਹੜੀ ਮੁਸਲਮਾਨ ਦੀ ਆ, ਜਿਹੜੀ ਹਿੰਦੂ ਦੀ, ਉਹੀ ਸਿੱਖ ਦੀ ਸੋਚ ਆ। ਆਓ ਅੱਜ ਸੱਚੀ ਮੁੱਚੀ ਉਸ ਰੂਪ 'ਚ ਵੇਖੀਏ ਗੁਰੂ ਨੂੰ। ਮਲ ਜਨਮ ਜਨਮ ਦੀ, ਜਨਮਾਂ ਦੀ ਮੈਲ ਲੱਥ ਜਾਏ ਅਤੇ ਉਹ ਕਿਤਨਾ ਲੱਥੂਗੀ, ਇੱਕ ਵਾਰ ਪੁੱਛ ਲਓ ਗੁਰੂ ਗ੍ਰੰਥ ਸਾਹਿਬ ਜੀ ਨੂੰ। ਪਿਤਾ ਜੀ ਤੁਸੀਂ ਆਪਣੀ ਰਸਨਾ ਤੋਂ ਕਹੋ, ਪਰਮਜੀਤ ਸਿੰਘ ਨੂੰ ਛੱਡੋ, ਆਪਣੀ ਰਸਨਾ ਤੋਂ ਕਹੋ ਉਹ ਮੈਲ ਕਿਤਨਾ ਲੱਥੂਗੀ। ਕਹਿੰਦੇ ਗੁਣ ਗਾਵਤ ਤੇਰੀ, ਉੱਚੀ ਉੱਚੀ ਬੋਲੋ, ਗੁਣ ਗਾਵਤ ਤੇਰੀ, ਗੁਣ ਗਾ ਵਾਹਿਗੁਰੂ 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 ਗੁਰੂ। ਥੱਲੇ ਉਤਰੋ, ਵਾਹਿਗੁਰੂ 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 ਜੁੜ ਕੇ ਜਪ ਲਓਗੇ ਇੱਕ ਮਿੰਟ ਵਿੱਚ ਹੀ। ਪਲਕ ਡੁਬੰਤੇ ਤਾਰੇ, ਪਲਕ ਅੱਖ ਦੇ ਪਲਕ, ਵਾਹਿਗੁਰੂ 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 ਵਾਹ ਵਾਹਿਗੁਰੂ 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 ਵਾਹ ਵਾਹਿਗੁਰੂ 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 ਵਾਹ ਸਾਬਣ ਦੇਤਾ ਗੁਰੂ ਨੇ, ਲਾ ਲਓ। ਵਾਹਿਗੁਰੂ 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 ਇਹ ਤੋਂ ਬਿਨਾਂ ਨਹੀਂ ਲੱਥਣੀ। ਵਾਹਿਗੁਰੂ 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 ਚੁੱਭੀਆਂ ਲਾ ਚੁੱਭੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਗਤ ਬੋਲੋ, ਉੱਤ ਚੌਂਕੜਾ ਮਾਰੋ, ਚੌਂਕੜਾ ਮਾਰੋ। ਸੰਗਤ ਬੋਲੋ, ਮੀਤ ਮਿਲਾਪ, ਸੰਗਤ ਮਿੱਤਰਾਂ ਨਾਲ ਮਿਲਾਪ ਹੋਇਆ ਅਤੇ ਸੰਗਤ ਵਿੱਚ ਵੇਖ ਕੇ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰਤਾ। ਸੰਗਤ ਮੀਤ ਮਿਲਾਪ, ਅਤੇ ਅੱਗੇ ਬੜਾ ਭਾਰਾ ਸ਼ਬਦ ਬੋਲਿਆ, ਕਹਿੰਦੇ ਇਹ ਨਹਾਉਣਾ ਅਧੂਰਾ ਨਹੀਂ। ਗੰਗਾ 'ਚ ਨਹਾਉਣਾ ਅਧੂਰਾ ਹੈ, ਯਮੁਨਾ 'ਚ ਨਹਾਉਣਾ। ਉੱਚੀ ਬੋਲੋ, ਕਰ ਲਾਂਗੇ ਗੱਲ, ਕੋਈ ਨਹੀਂ, ਖੁੱਲ੍ਹ ਕੇ ਮਗਰੋਂ ਵਿਚਾਰਾਂ ਕਰ ਲਿਓ। ਇੱਕ ਵਾਰ ਸੁਣੀ ਚੱਲੋ ਪਹਿਲੋਂ, ਗੰਗਾ 'ਚ ਚੁੱਭੀ ਮਾਰਨੀ ਅਧੂਰੀ। ਜਿਹਨਾਂ ਗੰਗਾ 'ਚ ਚੁੱਭੀਆਂ ਮਾਰੀਆਂ, ਅੱਜ ਕੀ ਕੁਰਾਮ ਮਚਾਇਆ ਹੈ।
ਨਹੀਂ ਪਤਾ ਲੱਗ ਰਿਹਾ ਜੀ ਅੱਜ ਸਮਾਜ ਵਿੱਚ ਕੀ ਕੋਹਰਾਮ ਮੱਚਿਆ ਪਿਆ ਹੈ। ਮੁਸਲਮਾਨ ਨੂੰ ਮਾਰ ਦਿਓ, ਸ਼ਡਿਊਲ ਕਾਸਟ ਨੂੰ ਮਾਰ ਦਿਓ, ਉਹਨੂੰ ਮਾਰ ਦਿਓ, ਇਹ ਗੰਗਾ 'ਚ ਚੁਬੀਆਂ ਲਾਉਣ ਵਾਲੇ ਜੇ ਆਖੋ ਵਾਹਿਗੁਰੂ, ਜਿਹੜੇ ਕਹਿੰਦੇ ਗੰਗਾ ਵਿੱਚ ਨਹਾਤਿਆਂ ਸਾਰੇ ਪਾਪ ਧੁੱਪ ਜਾਂਦੇ ਨੇ, ਮੈਲ ਮੱਤ ਪਵਿੱਤਰ ਹੋ ਜਾਂਦੀ। ਇੱਥੋਂ ਪਤਾ ਲੱਗਾ ਅਧੂਰਾ ਸੀ ਨਹਾਉਣਾ, ਨਹਾਉਣਾ ਸਾਰੇ ਮਰਦ ਬਣ ਕੇ ਬੋਲੋ, ਇਹਦੇ ਬੈਠਿਆ ਕੋਈ ਡਰ ਨਹੀਂ ਤੁਹਾਨੂੰ, ਕੋਈ ਮੋਦੀ ਕੁਛ ਨਹੀਂ ਕਹਿੰਦਾ, ਕੋਈ ਸ਼ਾਹ ਕੁਝ ਨਹੀਂ ਕਹਿੰਦਾ, ਜਿਸ ਦਾ ਸਾਹਿਬ ਅਤੇ ਪਿਓ 'ਤੇ ਭਰੋਸਾ ਕਰੋ, ਇਹਦੇ ਹੁੰਦਿਆਂ ਤੱਤੀ ਵਾਹ ਨਹੀਂ ਲੱਗਦੀ। ਸੱਚ ਨੂੰ ਸੱਚ ਕਹੋ, ਤੁਹਾਡੇ ਵੱਡੇ ਵਡੇਰੇ ਕਹਿੰਦੇ ਆਏ, ਕਹਿੰਦੇ ਆ ਕਿ ਨਹੀਂ ਬੋਲੋ। ਬਾਬੇ ਨਾਨਕ ਨੇ ਬਾਬਰ ਦੇ ਸਾਹਮਣੇ ਵਿਖੇ ਕੀ ਆਖਿਆ, ਬਾਬਰ ਤੂੰ ਜਾਬਰ ਆ। ਔਰੰਗਜ਼ੇਬ ਨੂੰ ਜ਼ਫਰਨਾਮੇ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਵੀ ਤੇਰੇ ਪੱਲੇ ਬੜੀ ਦਾਨਿਸ਼ਮੰਦੀ ਆ, ਤੂੰ ਸਿਆਣਾ ਹੈ, ਤੂੰ ਨੀਤੀਵਾਨ ਹੈ, ਤੂੰ ਯੁੱਧ ਦਾ ਬੜਾ ਧਨੀ ਹੈ, ਮਗਰ ਇਮਾਨ ਤੋਂ ਅੱਜ ਇਹਨਾਂ ਨੂੰ ਵੀ ਕਹੋ, ਤੇਰੇ ਕੋਲ ਫੌਜਾਂ ਨੇ, ਤੈਨੂੰ ਨੀਤੀ ਬੜੀ ਆਉਂਦੀ ਆ, ਤੂੰ ਨੀਤੀ ਨਾਲ ਬੜੇ ਛਲ ਪਾ ਲੈਣਾ, ਮਗਰ ਇਮਾਨ ਤੁਹਾਡੇ ਕੋਲ ਹੈ ਨਹੀਂ। ਕਹਿੰਦੇ ਕਿਉਂ ਨਹੀਂ ਜੇ ਆਖੋ ਵਾਹਿਗੁਰੂ, ਔਲਾਦ ਨਹੀਂ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਜੇ ਔਲਾਦ ਆ ਤਾਂ ਫਿਰ ਡਰੋ ਨਾ। ਆਖੋ ਵਾਹਿਗੁਰੂ, ਗੰਗਾ ਵਿੱਚ ਨਹਾਉਣਾ ਅਧੂਰਾ ਇਸ਼ਨਾਨ ਆ, ਜਮਨਾ ਵਿੱਚ ਨਹਾਉਣਾ ਅਧੂਰਾ ਇਸ਼ਨਾਨ ਆ, ਸੰਗਤ ਵਿੱਚ ਨਹਾਉਣਾ ਪੂਰਾ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ ਭੈ, ਇਹ ਪੂਰਾ ਇਸ਼ਨਾਨ ਆ ਕਰੋ ਤਾਂ ਸਹੀ, ਸੰਗਤ ਮੀਤ ਮਿਲਾਪ ਨਾਲ ਨਹਾਉਣਾ ਹੀ ਨਹੀਂ ਇਕੱਲਾ ਲਿਖਿਆ, ਪੂਰਾ 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 ਨਹਾਵਣਾ, ਨਹਾਵਣੋ ਪੂਰਾ ਨਹਾਵਣੋ, ਪੂਰਾ ਹੀ ਨਹਾਉਣਾ ਹੈ, ਇਹ ਪੂਰਾ ਇਸ਼ਨਾਨ ਆ, ਚੁੱਭੀਆਂ ਲਾ ਕੇ ਵਿੱਚ ਵੜ ਜਾਓ, ਵਾਹਿਗੁਰੂ ਵਾਹਿਗੁਰੂ, ਬਦਲੂਗਾ ਬਦਲੂਗਾ ਬਦਲੂਗਾ, ਵਾਹਿਗੁਰੂ 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 ਵਾਹਿਗੁਰੂ। ਆਓ ਗੀਤ ਗੋਵਿੰਦੇ ਗਾਈਏ, ਵਾਹਿਗੁਰੂ 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 ਵਾਹਿਗੁਰੂ, ਆਖੋ ਸਤਨਾਮ ਸ੍ਰੀ। ਕੀ ਕਰੀਏ ਜੀ, ਸੰਗਤ ਮੀਤ ਮਿਲਾਪ 'ਚ ਕਿਤਰਾ ਚੁੰਮੀਆਂ ਲਾਈਏ, ਕਹਿੰਦੇ ਗਾਵੇ ਗਾਵਣ ਹਾਰ, ਬੋਲੋ ਕੀ ਗਾਵੇ, ਸ਼ਬਦ ਸੁਹਾਵਣੋ, ਸੋਹਣਾ ਸ਼ਬਦ ਗਾਵੇ ਸੰਗਤ ਵਿੱਚ ਬਹਿ ਕੇ, ਮਿਲ ਸਈਆਂ ਜਿਨ੍ਹਾਂ ਜਿਨ੍ਹਾਂ ਬਾਣੀ ਉਹਦੀ ਸਿੱਖੋ ਝਕੋ ਨਾ, ਬੋਲੋ ਮਿਲ ਸਖੀਆਂ ਮੰਗਲ ਸਹੀਆਂ ਮੰਗਲ ਗਾਵਈ ਗੀਤ ਗੋਵਿੰਦੇ ਗਾਈਏ। ਆਓ ਗੋਬਿੰਦ ਦੇ ਗੀਤ ਗਾਈਏ, ਐਸੇ ਦੇ ਨਾ ਗਾਈਏ, ਇਹ ਨਾ ਗਾਈਏ, ਸੀ ਨਾ ਗਾਈਏ, ਸਾਰਾ ਦਿਨ ਮੂੰਹ ਦੇ ਉੱਤੇ ਬਾਦਲ ਫਲਾਉਣਾ, ਟਿੰਗੜਾ ਮੋਤੀ ਕੈਪਟਨ, ਇਹ ਚੱਕਰ ਤੁਹਾਡੀ ਜੀਭਾ ਜੱਪਣ ਨੂੰ ਰੱਬ ਨੇ ਜੀਭਾ ਨਹੀਂ ਦਿੱਤੀ। ਗੁਰੂ ਕੇ ਸਿੱਖੋ ਨਾਮ ਕਹਿਤ ਗੋਬਿੰਦ ਕਾ, ਕਿਉਂ ਗੰਦੀ ਕਰਦੇ ਜੇ ਆਪਣੀ ਰਸਨਾ, ਕਿਉਂ ਗੰਦੀ ਆਪਾਂ ਰਸਨਾ ਕਰਦੇ ਹਾਂ। ਇੱਕ ਵਾਹਿਗੁਰੂ ਦਾ ਨਾਮ ਕਹਿਣ ਨਾਲ ਹੀ ਇਹ ਗੰਦੀ ਰਸਨਾ ਪਵਿੱਤਰ ਹੁੰਦੀ,
ਨਾਮ ਕੈਤ ਗੋਬਿੰਦ ਕਾ ਸੂਚੀ ਭਈ ਰਸਨਾ। ਖੁੱਲ੍ਹ ਕੇ ਬੋਲੋ ਸੂਚੀ ਭਈ, ਕਰੋ ਸੂਚੀ। ਵਾਹਿਗੁਰੂ 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 ਵਾਹਿਗੁਰੂ। ਹਾਂ ਹਾਂ ਹਾਂ, ਮਰਦ ਮਰਦ ਬਣੋ ਮਰਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸੰਗਤ ਜਿਹੜੀ ਲੈਣ 'ਚ ਆ ਉਹ ਵੀ ਜਪੋ ਵਾਹਿਗੁਰੂ, ਚੁੱਪ ਨਾ ਰਿਹੋ। ਵਾਹਿਗੁਰੂ 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 ਵਾਹਿਗੁਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਤੁਹਾਡੇ ਕੋਲ ਆ, ਤੁਹਾਡੇ ਕੋਲ ਆ ਜਿਹੜਾ ਕਹਿੰਦਾ ਸਿਮਰਤ ਵੇਦ ਪੁਰਾਣ ਪਕਾਰਨ ਨਾਮ ਬਿਨਾ ਗਾਲੀ। ਸਭ ਗੱਲਾਂ ਖੁਸ਼ੀਆਂ ਨੇ ਦੁਨੀਆਂ ਦੇ ਲੋਕੋ, ਵਰਤ ਰੱਖਣੇ, ਸਰਾਧ ਕਰਨੇ, ਪੂਜਾ ਕਰਨੀ, ਪਿੱਪਲਾਂ ਨੂੰ ਮੱਥੇ ਟੇਕਣੇ, ਕਬਰਾਂ 'ਤੇ ਮੱਥੇ ਟੇਕਣੇ, ਸਭ ਗਾਲੀ ਖੁਸ਼ੀਆਂ। ਨਾਨਕ ਵਖਾਣੇ ਬੇਨਤੀ ਤੁਧ ਬਾਜ, ਤੇਰੇ ਨਾਮ ਤੋਂ ਬਿਨਾਂ ਸਭ ਕੂੜ ਹੈ, ਝੂਠ ਹੈ। ਅੱਜ ਮੇਰੇ ਬਾਬੇ ਨੇ ਆਖਿਆ ਦੁਨੀਆਂ ਦੇ ਲੋਕੋ, ਆਓ ਮੈਂ ਤੁਹਾਨੂੰ ਰਾਹ ਦੱਸਾਂ ਗੁਰੂ ਹਰਿਰਾਏ ਸਾਹਿਬ ਦੇ ਕੋਲ। ਬੜੀ ਇੱਕ ਪਿਆਰੀ ਆਤਮਾ ਨੇ ਅੰਮ੍ਰਿਤ ਵੇਲੇ ਅਣ ਕੇ ਗਲ ਵਿੱਚ ਪੱਲਾ ਪਾਇਆ। ਧਿਆਨ ਦਿਓ ਕਿਹਦੇ ਕੋਲ, ਨਾ ਤਾਂ ਲਓ ਇੱਕ ਵਾਰ ਜਿਹਨਾਂ ਦਾ ਪੁਰਬੇ, ਇੱਕ ਰਸਨਾ ਪਵਿੱਤਰ ਹੋ ਜੂਗੀ। ਗੁਰੂ 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 ਗੁਰ ਕਰ ਮਨ ਮੋਰ ਕਹਿ ਇੱਕ ਵਾਰ ਗੁਰੂ ਹਰਿਰਾਏ ਸਾਹਿਬ ਜੀ, ਇਹ ਤੁਹਾਡੇ ਚਰਨਾਂ 'ਚ ਬੇਨਤੀ ਕਰ ਰਿਹਾ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ। ਅਤੇ ਇੱਕ ਵਾਰ ਉੱਚੀਆਂ ਬਾਹਾਂ ਖੜੀਆਂ ਕਰਕੇ ਕਹਿ ਦਿਓ, ਗੁਰੂ ਬਿਨਾਂ ਮੈਂ, ਮੇਰੀ ਜ਼ਿੰਦਗੀ 'ਚ ਕੋਈ ਪਿੱਪਲ ਨਹੀਂ, ਮੇਰੀ ਜ਼ਿੰਦਗੀ 'ਚ ਕੋਈ ਬਾਬਾ ਨਹੀਂ, ਮੇਰੀ ਜ਼ਿੰਦਗੀ 'ਚ ਕੋਈ ਦੇਵੀ ਨਹੀਂ, ਕੋਈ ਦੇਵਤਾ ਨਹੀਂ, ਗੁਰੂ ਬਿਨਾਂ ਮੈਂ। ਦੱਸੋ ਲੋਕਾਂ ਨੂੰ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ, ਜਿਹਨੇ ਜਿਹਨੇ ਗੁਰੂ ਹਰਕਿਸ਼ਨ ਸਾਹਿਬ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੇ ਦਰਬਾਰ ਦਾ ਆਸ ਤੱਕੀ, ਤਿਸ ਕੀ ਕੱਟੀਏ ਜਮ ਕੀ ਫਸ। ਲੋਕੋ ਜੇ ਆਪਾਂ ਨਾ ਦੱਸਾਂਗੇ ਲੋਕਾਂ ਨੂੰ, ਇੱਥੇ ਮੈਂ ਕਈ ਕੇਸ ਆਖੋ ਵਾਹਿਗੁਰੂ ਤੁਹਾਡੇ ਇੱਥੇ ਜੋੜੇ ਝੜਨ ਆਉਂਦਾ ਹੀ ਰਹਿੰਦਾ। ਮੈਨੂੰ ਕਈ ਕੇਸਾਂ ਦਾ ਪਤਾ ਜਿਨ੍ਹਾਂ ਨੂੰ ਪੈਰਾਂ ਤੋਂ ਸਿਰ ਤੱਕ ਕੈਂਸਰ ਹੋ ਗਿਆ ਸੀ, ਇਸ ਦਰ ਨੇ ਉਹਨਾਂ ਨੂੰ ਠੀਕ ਕੀਤਾ ਹੈ। ਅੱਜ ਉਹ ਹਰੇ ਭਰੇ ਨੇ, ਡਾਕਟਰਾਂ ਨੇ ਲਿਖ ਦਿੱਤਾ ਹੈ ਇਹਨਾਂ ਦੀ ਰਿਪੋਰਟ ਵਿੱਚ ਇੱਕ ਕੀਟਾਣੂ ਕੈਂਸਰ ਦਾ ਨਹੀਂ ਰਹਿ ਗਿਆ, ਕਿਉਂਕਿ ਗੁਰੂ ਹਰਿਰਾਏ ਸਾਹਿਬ ਡਾਕਟਰ ਕੋਲ ਗਏ ਸੀ। ਇੱਕ ਵਾਰ ਗੁਰੂ ਹਰਿਰਾਏ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਯਾਦ ਕਰਕੇ ਕਹਿ ਦਿਓ, ਗੁਰੂ ਬਿਨਾਂ ਮੈਂ ਨਹੀਂ ਹੋਰ, ਗੁਰੂ ਬਿਨਾਂ ਮੈਂ ਨਹੀਂ ਹੋਰ, ਗੁਰੂ ਆਹ ਹਾ 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 ਹਾ।
ਦੁਨੀਆ ਦੇ ਲੋਕੋ, ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ, ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ, ਜਿਨ ਜਿਨ ਮੇਰੇ ਗੁਰੂ ਹਰਿ ਰਾਜ ਸਾਹਿਬ ਜੀ, ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ, ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ, ਜਿਨ ਜਿਨ ਤਿਸ ਕੀ ਕੱਟੀਏ ਜਮ ਕੀ ਫਾਸਾ, ਤਿਸ ਕੀ ਕੱਟੀਏ ਜਮ ਕੀ ਫਾਸਾ, ਤਿਸ ਕੀ ਦਰਸ਼ਨ ਕਰੋ, ਦਰਸ਼ਨ ਕਰੋ ਮਨਸਾ ਪੂਰਨ ਮੇਰਾ ਗੁਰੂ ਹਰਿ ਰਾਇ ਸਾਹਿਬ, ਮਨਸਾ ਪੂਰਨ ਸ਼ਰਣਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾਂ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੇ ਮੇਰਾ ਗੁਰੂ ਹਰਿ ਰਾਇ ਸਾਹਿਬ, ਅਨੰਦ ਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤੱਕ, ਮੇਰਾ ਗੁਰੂ ਹਰਿ ਰਾਇ ਸਾਹਿਬ ਰਾਜ ਮੈਂ ਰਾਜ, ਚੇਤਾ ਤਾਂ ਕਰੋ ਇੱਕ ਵਾਰ, ਰਾਜ ਮੈਂ ਜੋਗ ਮੈਂ, ਉਹ ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ, ਦੋ ਪੁੱਤਰ ਨੇ ਆਖੋ ਵਾਹਿਗੁਰੂ, ਗ੍ਰਸਤ ਮੈਂ ਭੋਗੀ, ਮੇਰੇ ਗੁਰੂ ਨੂੰ ਜਿੰਨੇ ਧਿਆਏ ਧਿਆਏ ਭਗਤੇ, ਮਗਰ ਨਾਨਕ ਤਿਸ ਪੁਰਖ ਕਾ ਕਿਨੇ, ਇਹ ਗੁਰੂ ਹਰਿ ਰਾਇ ਸਾਹਿਬ ਦੀ ਵਡਿਆਈ ਜੇ, ਆਖੋ ਵਾਹਿਗੁਰੂ, ਮੇਰੇ ਗੁਰੂ ਦੀਆਂ ਵਡਿਆਈਆਂ ਸੁਖਮਨੀ ਸਾਹਿਬ 'ਚੋਂ ਪੜ੍ਹੋ, ਮੇਰੀਆਂ ਭਾਗਾਂ ਵਾਲੀਆਂ ਧੀਆਂ ਮ੍ਰਿਤਕ ਕਹੋ ਜਵਾਲਣ ਹਾਰ, ਇਹ ਜੇ ਜਿਹੜਾ ਚੰਡੀਗੜ੍ਹ ਦੇ ਵਿੱਚ ਆਉਂਦਾ ਪ੍ਰਤੱਖ ਕਲਾ ਜੇ, ਜਿਹਨੂੰ ਕਿਤੇ ਪ੍ਰਸ਼ਾਦਾ ਨਹੀਂ ਮਿਲਦਾ, ਚਲੋ ਅੰਬ ਸਾਹਿਬ ਲੰਗਰ ਛਕਦੇ ਹਾਂ, ਭੁੱਖੇ ਕੋ ਮੇਰੇ ਗੁਰੂ ਦੀ ਦ੍ਰਿਸ਼ਟੀ 'ਚ ਇੰਨਾ ਬਾਲਿਆ, ਇੰਨੀ ਦ੍ਰਿਸ਼ਟੀ 'ਚ ਬਾਲਿਆ, ਭੁੱਖੇ ਕੋ ਦੇਵਤ ਸਰਬਨਿਧਾਨ, ਸਾਰੇ ਖਜ਼ਾਨੇ ਮੇਰੇ ਗੁਰੂ ਦੀ ਦ੍ਰਿਸ਼ਟੀ 'ਚ। ਜੇ ਤੁਸੀਂ ਕਦੀ ਬਾਣੀ ਰਾਹੀਂ ਗੁਰੂ ਹਰਿ ਰਾਜ ਸਾਹਿਬ ਦੇ ਦਰਸ਼ਨ ਕਰ ਲਓ, ਚੰਡੀਗੜ੍ਹ ਸਾਹਿਬ ਵਾਲੇ ਜਿਹੜੇ ਚੰਡੀਗੜ੍ਹ ਦੇ ਲੋਕ ਨੇ, ਮੋਹਾਲੀ ਦੇ ਲੋਕ ਆ, ਪੰਚਕੂਲੇ ਦੇ ਲੋਕ ਆ, ਲਾਗੇ ਚਾਗੇ ਦੇ ਲੋਕ ਨੇ, ਕਦੀ ਕਿਸੇ ਡੇਰੇ 'ਤੇ ਕਿਸੇ ਕਬਰ ਕਿਸੇ ਪੀਰ ਕੋਲ ਨਾ ਜਾਣ, ਸਾਰੇ ਖਜ਼ਾਨੇ 'ਤੇ ਇਹਦੀ ਦ੍ਰਿਸ਼ਟੀ 'ਚ ਨੇ। ਸਰਬਨਿਧਾਨ ਜਾ ਕੀ ਖੁੱਲ੍ਹ ਕੇ ਪਾਓ, ਸਰਬਨਿਧਾਨ ਜਾ ਕੀ ਇਹਦੀ ਦ੍ਰਿਸ਼ਟੀ 'ਚ ਹੀ ਸਭ ਕੁਛ ਆ। ਜਾਂ ਤਾਂ ਤੁਹਾਡੀ ਰਸਨਾ 'ਤੇ ਉੱਤੇ ਅੰਬ ਸਾਹਿਬ ਹੋਵੇ, ਆਖੋ ਵਾਹਿਗੁਰੂ, ਜਾਂ ਤੁਹਾਡੀ ਰਸਨਾ 'ਤੇ ਨਾਭਾ ਸਾਹਿਬ ਹੋਵੇ, ਨਾਭਾ ਨਾਭਾ, ਅੱਜ ਮੈਂ ਨਾਢਾ ਸਾਹਿਬ ਨਹੀਂ ਗਿਆ, ਨਾਭਾ ਸਾਹਿਬ, ਉੱਥੇ ਵੀ ਮੇਰਾ ਨਾਵਾਂ ਸਤਿਗੁਰੂ ਬੈਠਾ ਹੈ, ਆਖੋ ਵਾਹਿਗੁਰੂ, ਉੱਥੇ ਵੀ ਮੇਰਾ ਦਸਮ ਪਿਤਾ ਗੁਰਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੈਠੇ, ਉੱਥੇ ਵੀ ਜਾਓ ਲੋਕੋ, ਆਓ ਤਾਂ ਸਹੀ, ਆਣ ਕੇ ਤਾਂ ਵੇਖੋ। ਆ ਮੈਂ ਸ਼ਬਦ ਇਹ ਹੀ ਪੜ੍ਹਿਆ ਸੀ, ਮਹਾਰੁੱਤੀ ਆਵਣਾ, ਨਹੀਂ ਆਉਂਦੀ ਬਾਣੀ, ਵੇਖੋ ਤੁਰ ਕੇ ਤਾਂ ਵੇਖੋ, ਇੱਧਰ ਨੂੰ ਸਦਾ ਦੀ ਬਹਾਰ ਆਊਗੀ, ਇੱਕ ਰੁੱਤ ਹੁੰਦੀ ਜਿਹਨੂੰ ਅੱਜ ਬਸੰਤ ਕਹਿੰਦੇ, ਆਖੋ ਵਾਹਿਗੁਰੂ, ਇਹ ਤੋਂ ਪਹਿਲੋਂ ਕੁਝ ਦਿਨ ਪਹਿਲੋਂ ਇੱਕ ਰੁੱਤ ਲੰਘੀ ਜਿਹਨੂੰ ਪੱਤਝੜ ਦੀ ਰੁੱਤ ਕਹਿੰਦੇ, ਆਖੋ ਵਾਹਿਗੁਰੂ, ਕਾਹਦੀ ਜੀ, ਉਹ ਤੋਂ ਪਹਿਲੋਂ ਬਰਸਾਤ ਦੀ ਲੰਘੀ, ਇਹ ਰੁੱਤਾਂ ਆਉਂਦੀਆਂ ਅਤੇ ਚੇਂਜ ਹੁੰਦੀਆਂ ਰਹਿੰਦੀਆਂ। ਜਿਹੜਾ ਬਰਸਾਤ ਦੀ ਰੁੱਤ 'ਚ ਹਰਿਆ ਹੋਇਆ, ਪੱਤਝੜ ਦੀ 'ਚ ਟਿੰਡ ਮੁੰਡ ਹੋ ਗਿਆ, ਆਖੋ ਵਾਹਿਗੁਰੂ, ਜਿਹੜਾ ਬਸੰਤ ਵਿੱਚ ਹਰਿਆ ਹੋਇਆ, ਗਰਮੀ ਨੇ ਸਾੜ ਦਿੱਤਾ,
ਮਗਰ ਜਿਹਨੇ ਨਾਮ ਜਪਿਆ ਨਾਨਕ ਹਰੇ, ਵਾਰ ਵਾਰ ਮੈਂ ਕਹਿੰਦਾ ਹਰੇ, ਹਰੇ ਦਾ ਮਤਲਬ ਵੀ ਨਹੀਂ ਸਮਝਦੇ, ਹਰੇ ਭਰੇ ਨਾਨਕ ਹਰੇ ਨਾ ਸੁੱਕਈ, ਭਾਵੇਂ ਗਰਮੀ ਹੋਵੇ ਤੱਤੀ ਤਵੀ ਹੋਵੇ, ਧਿਆਨ ਦਿਓ ਜੀ ਤੱਤੀ, ਚੌਂਕੜਾ ਮਾਰੋ ਸੋਹਣੀ ਤਰ੍ਹਾਂ, ਇਸ ਤਰ੍ਹਾਂ ਬੈਠੋ ਦੋ ਕੁ ਮਿੰਟ ਲਈ, ਭਲਾ ਕੀ ਹੋਵੇ ਤੱਤੀ, ਸਿਰ 'ਚ ਸੁੱਕ ਗਈ, ਉਹ ਫੁੱਲ ਸੁੱਕ ਗਿਆ, ਉਹ ਸੀ ਜੁੜੇ ਦੀ ਕਹਾਣੀ, ਵੇਖੋ ਕਰਮ ਕਮਾਏ, ਉਬਲਦੀ ਦੇਗ ਹੈ ਉਬਲਦੀ, ਅਤੇ ਭਾਈ ਦਿਆਲੇ ਨੂੰ ਇਸ਼ਾਰਾ ਕੀਤਾ ਜਾਂਦਾ ਦੇਗ 'ਚ ਪੈਣਾ ਹੈ, ਅਤੇ ਭਾਈ ਦਿਆਲੇ ਨੂੰ ਕਹਿੰਦੇ ਇੱਧਰੋਂ ਬਾਂਹ ਫੜ ਲਓ, ਇੱਕ ਸਿੱਖ ਇੱਕ ਮੁਸਲਮਾਨ ਇੱਧਰੋਂ ਬਾਂਹ ਫੜੇ ਇੱਕ ਇੱਧਰੋਂ ਫੜੇ, ਅਤੇ ਬਾਹਵਾਂ ਫੜ ਕੇ ਜਦੋਂ ਦੇਗ ਵੱਲ ਨੂੰ ਲੈ ਕੇ ਤੁਰਨ ਲੱਗੇ, ਕਿਤੇ ਆਪਣੇ ਇਤਿਹਾਸ ਵੱਲ ਵੇਖੋ, ਜਿਹੜੇ ਜੁੜੇ ਨਾ ਜੁੜੇ ਉਹ ਤਾਂ ਕਦੀ ਸੁੱਕਦੇ ਹੀ ਨਹੀਂ। ਅਸੀਂ ਅਜੇ ਗੁਰੂ ਸਿੱਖੋ ਗੱਲਾਂ ਹੀ ਉੱਤੇ ਉੱਤੇ ਦੀਆਂ ਸੁਣੀਆਂ, ਇਹਨੂੰ ਬ੍ਰਹਮ ਗਿਆਨ ਹੋ ਗਿਆ, ਇਹਨੂੰ ਆਹ ਕੁਝ ਹੋ ਗਿਆ, ਪ੍ਰੈਕਟੀਕਲ ਜੀਵਨ ਦੇ ਵਿੱਚ ਦਰਸ਼ਨ ਤਾਂ ਕਰਕੇ ਵੇਖੋ। ਜਿਹੜਾ ਜੁੜਿਆ ਸੀ ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨਾਲ, ਆਖੋ ਵਾਹਿਗੁਰੂ, ਉਹਦੀਆਂ ਬਾਹਵਾਂ ਫੜੀਆਂ ਇੱਕ ਨੇ ਇੱਧਰੋਂ ਅਤੇ ਇੱਕ ਨੇ ਇੱਧਰੋਂ, ਅਤੇ ਭਾਈ ਦਿਆਲੇ ਨੇ, ਜਵਾਨ ਬੜੇ ਸੀ ਭਾਈ ਦਿਆਲਾ ਜੀ, ਕਿਤੇ ਉਹਨਾਂ ਦੀ ਤਸਵੀਰ 'ਤੇ ਵੇਖੋ, ਭਾਈ ਕਨ੍ਹਈਆ ਜੀ ਦੀ, ਭਾਈ ਮਤੀ ਦਾਸ ਜੀ ਦੀ, ਭਾਈ ਸਤੀ ਦਾਸ ਜੀ ਦੀ, ਕਾਇਆ ਇਸ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਕੱਚੀ ਗਿਰੀ ਵਰਗੀਆਂ ਹੱਥ, ਕੱਚੀ ਗਿਰੀ ਵਰਗੀਆਂ ਪਿੰਨੀਆਂ, ਕੱਚੀ ਗਿਰੀ ਵਰਗਾ ਸਰੀਰ ਜਿਹਨੂੰ ਕਦੀ ਵਕਾਰ ਨੇ ਛੋਇਆ ਹੀ ਨਹੀਂ, ਇਸ ਤਰ੍ਹਾਂ ਦੇ ਸਰੀਰ, ਐਡੇ ਐਡੇ ਡੌਲੇ, ਐਡੇ ਐਡੇ ਪੱਟ, ਐਡੀ ਐਡੀਆਂ ਪਿੰਨੀਆਂ, ਐਡਾ ਚਿਹਰਾ ਦਗਦਾ ਕਰਦਾ, ਦੋਵਾਂ ਪਾਸਿਆਂ ਤੋਂ ਫੜਿਆ, ਕਿੱਧਰ ਲੈ ਕੇ ਚੱਲੇ ਹੋ, ਆਖੋ ਵਾਹਿਗੁਰੂ। ਭਾਈ ਦਿਆਲਾ ਜੀ ਕਹਿੰਦੇ ਕਿੱਧਰ ਲੈ ਕੇ ਚੱਲੇ ਹੋ, ਕਹਿੰਦੇ ਤੁਹਾਨੂੰ ਉਬਲਦੀ ਦੇਗ 'ਚ ਪਾਉਣ ਲੱਗੇ, ਧਿਆਨ ਦਿਓ ਜੀ ਕੀ ਕਿਹਾ, ਅਤੇ ਭਾਈ ਦਿਆਲੇ ਨੇ ਜਵਾਬ ਪਤਾ ਕੀ ਦਿੱਤਾ ਸੀ, ਉਹ ਪਿੱਛੇ ਗੱਲਾਂ ਨਾ ਕਰੋ ਬਈ, ਭਾਈ ਦਿਆਲੇ ਨੇ ਜਵਾਬ ਕੀ ਦਿੱਤਾ ਸੀ, ਕਹਿੰਦੇ ਜੇ ਤੁਸੀਂ ਮੈਨੂੰ ਬਾਹੋਂ ਫੜ ਕੇ ਲੈ ਗਏ ਨਾ, ਧਿਆਨ ਦਿਓ, ਜੇ ਤੁਸੀਂ ਮੈਨੂੰ ਇਤਿਹਾਸ ਦਾ ਰੂਪ ਹੀ ਬਦਲ ਲੈਣਾ ਹੈ, ਕੀ ਪਤਾ ਭਾਈ ਸਾਹਿਬ ਬਹਿਣਾ ਚਾਹੁੰਦੇ ਸੀ ਕਿ ਨਹੀਂ, ਨਹੀਂ ਪਤਾ ਲੱਗਦਾ, ਬੋਲੋ ਨਾ ਗੁਰੂ ਕੇ ਸਿੱਖੋ, ਬਚਨ ਬੜਾ ਗਹਿਰਾ ਸੀ, ਜੇ ਬਾਹਾਂ ਤੋਂ ਫੜ ਕੇ ਮੈਨੂੰ ਦੇਗ 'ਚ ਤੁਸੀਂ ਬਾਣਿਆ, ਅਤੇ ਲੋਕ ਸਮਝਣਗੇ ਬਹਿਣਾ ਨਹੀਂ ਸੀ ਚਾਹੁੰਦੇ, ਬਦੋ ਬਦੀ ਪਾਇਆ, ਅਤੇ ਜਲਾਦ ਕਹਿੰਦਾ ਸੀ ਕੀ ਕਰੇਗਾ, ਆਖੋ ਵਾਹਿਗੁਰੂ। ਨਾਨਕ ਹਰੇ ਜੇ ਗੁਰਮੁਖ ਰਹੇ, ਜਿਹੜੇ ਗੁਰਮੁਖ ਜੁੜੇ ਨੇ ਨਾ ਉਹਨਾਂ ਨੂੰ ਤਾਂ ਪਰਵਾਹ ਹੀ ਕੋਈ ਨਹੀਂ, ਤੱਤੀ ਦੇ ਗਿਆ ਅਤੇ ਉੱਧਰ ਉਹਨਾਂ ਨੇ ਫੜ ਕੇ ਆਉਂਦੇ ਨਾ, ਇਸ ਤਰ੍ਹਾਂ ਨਹੀਂ, ਫਿਰ ਕੀ ਕਰੋਗੇ, ਕਹਿੰਦੇ ਮੈਂ ਖੁਦ ਜਾਊਂ ਦੇਗ 'ਚ, ਅਤੇ ਸਾਰੰਗ ਜਿਉਂ ਪੱਗ ਧਰੇ ਠਿਮ ਠਿਮ, ਆਉਂਦੀ ਬਾਣੀ ਕਿ ਨਹੀਂ ਕਿਸੇ ਨੂੰ, ਬੋਲੋ, ਸਾਰੰਗ ਜਿਉਂ ਪੱਗ, ਜਿਸ ਤਰ੍ਹਾਂ ਇੱਧਰ ਵੇਖੋ ਮੋਰ ਐਂ ਤੁਰਦਾ ਨਾ, ਭਾਈ ਦਿਆਲਾ ਤੁਰਿਆ ਅਤੇ ਜਾ ਕੇ ਸੱਜੀ ਲੱਤ ਚੁੱਕੀ, ਸੁਣ ਰਹੇ ਹੋ, ਸੱਜੀ ਲੱਤ ਚੁੱਕੀ ਅਤੇ ਦੇਗ ਦੇ ਵਿੱਚ ਇਸ ਤਰ੍ਹਾਂ ਰੱਖਤੀ ਜੇ ਕੋਈ ਸਰੋਵਰ 'ਚ ਕੋਈ ਵੜਦਾ ਹੈ, ਇਹ ਕਹਾਣੀ ਉਸ ਰੁੱਤ ਦੀ ਆ ਜਿਹਦੇ ਬਾਰੇ ਮੇਰਾ ਬਾਬਾ ਅੱਜ ਗੁਰੂ ਨਾਨਕ ਸਾਹਿਬ ਬਸੰਤ ਰਾਗ ਵਿੱਚ ਗਾ ਕੇ ਗਏ, ਆਖੋ ਵਾਹਿਗੁਰੂ। ਮਹਾਂ ਰੁੱਤ ਹੀ ਆਵਣਾ, ਇੱਕ ਰੋਤਿਆ ਇੱਕ ਮਹਾਂ ਰੋਤਿਆ, ਜਿਹੜੀ ਇੱਕ ਵਾਰ ਆ ਜਾਏ ਅਤੇ ਬੱਚੇ 'ਤੇ ਵੀ ਆ ਜਾਏ ਅਤੇ ਜਵਾਨੀ 'ਚ ਵੀ ਰਹਿੰਦੀ ਅਤੇ ਵਡੇਪੇ 'ਚ ਵੀ ਰਹਿੰਦੀ। ਤੁਸੀਂ ਕੀ ਸੋਚਦੇ ਹੋ ਪ੍ਰਹਲਾਦ ਜਦੋਂ 5 ਸਾਲ ਦਾ ਰੰਗਿਆ ਗਿਆ ਸੀ ਅਤੇ ਵੱਡਾ ਹੋ ਕੇ ਵਿਕਾਰਾਂ 'ਚ ਪੈ ਗਿਆ ਹੋਊ, ਬੋਲੋ ਜੀ ਬਿਲਕੁਲ ਸੀ। ਜਿਹਨੂੰ ਇੱਕ ਵਾਰ ਨਾਮ ਦਾ ਰਸ ਚੜ੍ਹ ਗਿਆ ਨਾ, ਉਹ ਭਾਵੇਂ ਬੱਚਾ ਹੋਵੇ
ਭਾਵੇਂ ਜਵਾਨ ਹੋਵੇ, ਉਹਦੀ ਸੁਰਤ ਜੁੜੀ ਰਹਿਣੀ, ਉਹਦੀ ਸੁਰਤ ਨਾਨਕ ਹਰੇ ਨਾ ਸੁੱਕੀ ਜੇ ਗੁਰਮੁਖ ਰਹੇ ਸਮਾਏ। ਜਿਹੜੇ ਗੁਰਮੁਖ ਜੁੜੇ ਰਹੇ ਉਹਨਾਂ ਨੇ ਕਿੱਥੇ ਪੱਤਝੜ ਉਹਨਾਂ ਦੀ ਜ਼ਿੰਦਗੀ 'ਚ ਆਉਣੀ, ਉਹਨਾਂ ਨੂੰ ਕਿੰਨੀਆਂ ਹਾੜਦੀਆਂ। ਅਸਾੜਤ ਪੰਦਾ ਤਿਸ ਲੱਗੇ ਹਰ ਨਾ ਹੋ ਨਾ ਜਿੰਨਾ ਪਾਸ, ਉਹਨਾਂ ਨੂੰ ਲੱਗਦਾ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ। ਜਿਹੜੇ ਇਸ ਮਾਲਕ ਨੂੰ ਭੁੱਲ ਕੇ ਮਾਨਸ ਸੰਧੀ ਆਸ ਵਿੱਚ ਬੈਠੇ, ਆਖੋ ਵਾਹਿਗੁਰੂ। ਗਰੀਬ ਨਿਵਾਜ ਪਾਤਸ਼ਾਹ ਦੇ ਅੱਜ ਮੈਂ ਆਪ ਜੀ ਨਾਲ ਬਚਨ ਕਰ ਰਿਹਾ ਸਾਂ, ਆਖੋ ਵਾਹਿਗੁਰੂ, ਉੱਚੀ ਬੋਲੋ। ਬਚਨ ਕਰ ਰਿਹਾ ਸਾਂ ਗੁਰ ਗੌਹਰ ਦਰਿਆਓ। ਗੁਰ ਗੌਰ ਦਾ ਮਤਲਬ ਕੀ ਦੱਸਿਆ ਸੀ? ਬੜਾ ਮਿਹਰਮ ਆ, ਬੜਾ ਵਾਕਬ ਆ। ਕਾਹਦਾ? ਦਰਿਆ ਦਾ। ਇਹ ਜਿਹੜੀ ਜ਼ਿੰਦਗੀ ਇੱਕ ਦਰਿਆ ਹੈ, ਜਿਹਦੇ ਸਾਰੇ ਹਮ ਦੇਖਾ ਤੈ ਸਾਰੇ ਡੁੱਬੇ ਪਏ। ਇਸ ਦਰਿਆ ਦਾ ਸਭ ਤੋਂ ਵੱਡਾ ਜਿਹੜਾ ਵਾਕਬ ਆ ਨਾ, ਦਰਿਆ ਦਾ ਜਿਹੜਾ ਸਭ ਤੋਂ ਵੱਡਾ ਮਿਹਰਮ ਆ, ਵੀ ਆਂਦੇ ਫਲਾਣਾ ਦਰਿਆ ਦੇ ਵਿੱਚੋਂ ਡੁੱਬੇ ਨੂੰ ਕੱਢ ਲਿਆ ਆ। ਮਗਰ ਕਈ ਦਰਿਆ ਇਸ ਤਰ੍ਹਾਂ ਦੇ ਜਿਹਦੇ ਵਿੱਚ ਵੰਡ ਤੋਂ ਲੋਕ ਡਰਦੇ, ਜਿਹਦੇ ਵਿੱਚ। ਮਗਰ ਮੇਰੇ ਗੁਰੂ 'ਚ ਇੰਨੀ ਸਮਰੱਥਾ ਹੈ, ਇੰਨੇ ਡੂੰਘੇ ਦਰਿਆ ਦੇ ਵਿੱਚ ਘੰਟੇ 'ਚ ਨਹੀਂ ਕੱਢਦਾ, ਦੋ ਘੰਟਿਆਂ 'ਚ ਨਹੀਂ ਕੱਢਦਾ। ਆਖ ਨਹੀਂ ਦਿੰਦੇ ਫਲਾਣਾ ਡੁੱਬ ਗਿਆ, ਤਿੰਨ ਘੰਟਿਆਂ ਤੋਂ ਕੋਸ਼ਿਸ਼ ਹੋ ਰਹੀ ਮਗਰ ਬੰਦਾ ਨਹੀਂ ਨਿਕਲ ਰਿਹਾ, ਕਹਿੰਦੇ ਹੋ ਨਾ ਬੋਲਣਾ। ਮਗਰ ਮੇਰੇ ਗੁਰੂ ਦੀ ਇਹ ਸਮਰੱਥਾ ਹੈ, ਪਲਕ ਅੱਖ ਦੀ ਪਲਕ, ਇੰਨੇ ਚਿਰ ਵਿੱਚ ਕਿੰਨੀ ਵਾਸ਼ਨਾ 'ਚ ਡੁੱਬੀ ਹੋਈ ਰੂਹ ਨੂੰ। ਕਹੋ ਨਾਨਕ ਪ੍ਰਭ ਕਿੰਨੀ ਦਇਆ, ਬੋਲੋ ਹਾਂ। ਕਹੋ ਨਾਨਕ ਪ੍ਰਭ ਬਾਹਾਂ ਪਕੜ ਰੋਗੋਂ ਕੱਢ ਲਿਆ, ਬਾਹਾਂ ਪਕੜ ਰੋਗੋਂ। ਜਿਹਦੇ 'ਤੇ ਮੇਰੇ ਗੁਰੂ ਨੇ ਦਇਆ ਕਰਕੇ ਉਹਦੀ ਬਾਂਹ ਫੜ ਲਈ ਨਾ, ਅਤੇ ਪਲਕ ਡਬੰਤੇ ਤਾਰੇ, ਪਲਕ ਜੇ ਅਰਥ ਆ ਗਿਆ ਤਾਂ ਮੁੜੀਏ ਪਤਾ ਲੱਗ ਗਿਆ। ਅੱਖ ਦੇ ਫਰੱਕੇ 'ਚ ਕਿਸੇ ਦੀ ਜ਼ਿੰਦਗੀ ਵਿਸ਼ੇ ਵਿਕਾਰਾਂ 'ਚ ਡੁੱਬੀ ਹੋਵੇ, ਹੋਰ ਕੋਈ ਦਰਿਆ ਦੀ ਮੈਂ ਕਹਾਣੀ ਨਹੀਂ ਕਰ ਰਿਹਾ। ਅੱਜ ਇੱਥੇ ਸਾਰੇ ਹੀ ਹਮ ਦੇਖਾ, ਸਾਰਾ ਸੰਸਾਰ ਡੁੱਬਿਆ ਹੈ ਜਿਹਦੇ ਵਿੱਚ, ਈਰਖਾ 'ਚ, ਦਵੈਤ 'ਚ, ਵਾਸ਼ਨਾਵਾਂ 'ਚ, ਮੋਹ ਦੇ ਚਿੱਕੜ ਵਿੱਚ, ਪੰਕਜ ਮੋਹ, ਜਿੱਥੋਂ ਇੱਕ ਕਦਮ ਨਹੀਂ ਪੁੱਟਿਆ ਗਿਆ। ਮੇਰਾ ਗੁਰੂ ਚਾਹਵੇ ਇੱਕ ਅੱਖ ਦੇ ਫਰੱਕੇ ਨਾਲ ਡੁੱਬੇ ਨੂੰ ਬਾਹਰ ਕੱਢ ਲਿਆਉਂਦਾ। ਇਹ ਤੁਸੀਂ ਮਹਿਸੂਸ ਕਰੋਗੇ, ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ, ਵੀਰ ਬੈਠੇ, ਬੱਚੇ ਵਿੱਚ, ਤੁਹਾਡੇ 'ਚੋਂ ਕਈਆਂ ਦੀ ਇਹ ਕਹਾਣੀਆਂ ਜਿਹੜੇ ਇਹ ਕਹਿਣਗੇ, ਜਿੱਥੇ ਆਪਾਂ ਰਾਤੀ ਕਥਾ ਕੀਤੀ ਆ ਭੈਣ ਜੀ, ਉੱਥੇ ਇੱਕ ਬੀਬਾ ਮਿਲੀ ਸੀ, ਆਖੋ ਵਾਹਿਗੁਰੂ। ਕਹਿੰਦੀ ਖਾਲਸਾ ਜੀ, ਮੈਂ ਪ੍ਰਵੱਟਿਆਂ ਦੀ ਵੀ ਬੇਦਬੀ ਕਰਦੀ ਸਾਂ, ਧਿਆਨ ਦਿਓ। ਮੈਂ ਕੇਸ ਵੀ ਪਿੱਛੋਂ ਕੱਟਦੀ ਸਾਂ, ਮੈਂ ਤਰ੍ਹਾਂ ਤਰ੍ਹਾਂ ਦੇ ਫੈਸ਼ਨ ਵੀ ਆਪਣੇ ਚਿਹਰੇ 'ਤੇ ਫੇਸ 'ਤੇ ਲਾਉਂਦੀ ਸਾਂ। ਇੱਕ ਤੀਰ ਵੱਜਾ, ਕਿੰਨੇ ਬੋਲੋ? ਗੁਰੂ 50 ਨਹੀਂ ਮਾਰਦਾ, ਮੇਰੇ ਗੁਰੂ ਦੀ ਵਡਿਆਈ ਇਹ ਆ, ਜਿਹਨੂੰ ਮਾਰਦਾ ਆਉਂਦਾ ਨਹੀਂ, ਮੈਂ ਇੱਕ ਤੀਰ ਉਹਨੂੰ ਵੀ ਬਖਸ਼ ਦਿੰਦਾ। ਕਹਿੰਦੇ ਇੱਕ ਤੀਰ ਖਾ ਕੇ ਨਾਰ ਖਾਂ ਡਿੱਗਾ, ਆਖੋ ਵਾਹਿਗੁਰੂ, ਅਤੇ ਇੱਕ ਤੀਰ ਖਾ ਕੇ ਦੂਸਰਾ ਡਿੱਗਾ, ਅਤੇ ਤੀਸਰੇ ਤੀਰ ਲਈ ਮੈਂ ਤੇਰੇ ਜਰਨੈਲ ਨੂੰ ਲੱਭਦਾ ਰਿਹਾ। 10 ਤੀਰ ਨਹੀਂ, ਗੁਰੂ ਦਾ ਨਿਸ਼ਾਨਾ ਬੜਾ ਅਚੂਕ ਹੈ, ਗੁਰੂ ਤੀਰ ਹੀ ਉੱਥੇ ਮਾਰਦਾ ਹੈ, ਬੁੱਧੀ ਦੇ ਵਿੱਚ ਸਭ ਕੁਝ ਬਦਲ ਕੇ ਰੱਖ ਦਿੰਦਾ।
ਕਹਿੰਦੀ ਇੱਕ ਤੀਰ ਵੱਜਿਆ ਇੱਕ ਦਿਨ ਫਤਿਹਗੜ੍ਹ ਸਾਹਿਬ ਗਈ ਸਾਂ, ਧਿਆਨ ਦਿਓ, ਇੱਕ ਦਿਨ ਉੱਥੇ ਕੀਰਤਨ ਹੋਣ ਡਿਆ ਸੀ, ਕਿਤੇ ਗੁਰੂ ਨੇ ਨਜ਼ਰ ਕੀਤੀ, ਸੁਰਤ ਜੁੜ ਗਈ, ਇੱਕ ਤੀਰ ਵੱਜਾ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜ੍ਹਾਇਆ, ਇਹ ਸਾਰੀਆਂ ਮੈਂ ਤੁਕਾਂ ਸੁਣੀਆਂ ਅਤੇ ਮੇਰੀ ਰੂਹ ਦੇ ਵੰਜ ਇਸ ਤਰ੍ਹਾਂ ਹੋ ਗਿਆ, ਜਿਹੋ ਅੰਦਰ ਗਏ ਤੀਰ ਨੇ ਪ੍ਰਕਾਸ਼ ਹੀ ਪ੍ਰਕਾਸ਼ ਕਰਕੇ ਰੱਖਤਾ, ਅੱਜ ਤੁਹਾਡੇ ਸਾਹਮਣੇ ਅੰਮ੍ਰਿਤਧਾਰੀ ਧੀ ਖਲੋਤੀ ਜੇ। ਗੁਰੂ ਕੇ ਸੁਖੋ, ਇਹ ਗੁਰੂ ਹਰ ਰਾਏ ਸਾਹਿਬ ਦਾ ਘਰ ਹੈ। ਉਹ ਅੰਮ੍ਰਿਤ ਵੇਲੇ ਆਇਆ, ਅੰਮ੍ਰਿਤ ਵੇਲੇ ਆਣ ਕੇ ਉਹਨੇ ਗਲ 'ਚ ਪੱਲਾ ਪਾ ਕੇ ਆਖਿਆ, ਨਾਮ ਹੈ ਉਹਦਾ ਨੰਦ ਲਾਲ ਪੁਰੀ, ਨੰਦ ਲਾਲ ਪੁਰੀ, ਗੋਆ ਨਹੀਂ, ਆਖੋ ਵਾਹਿਗੁਰੂ ਨੰਦ ਲਾਲ। ਹੱਥ ਜੋੜ ਕੇ ਕਹਿੰਦਾ, ਸਤਿਗੁਰੂ ਕੋਈ ਜ਼ਿੰਦਗੀ ਦਾ ਉਪਦੇਸ਼ ਬਖਸ਼ੋ ਗੁਰੂ ਹਰ ਰਾਏ ਸਾਹਿਬ ਨੂੰ, ਜਿਹਨਾਂ ਦੀ ਸ਼ਰਨ ਵਿੱਚ ਤੁਸੀਂ ਵੀ ਬੈਠੇ ਹੋ, ਅਤੇ ਤੁਸੀਂ ਵੀ ਹੱਥ ਜੋੜ ਕੇ ਜਾਇਓ, ਸਤਿਗੁਰੂ ਸਾਨੂੰ ਕੋਈ ਜ਼ਿੰਦਗੀ ਦੇ ਪਾਰ ਉਤਾਰੇ ਦਾ ਬੋਲੋ ਉਪਦੇਸ਼ ਬਖਸ਼ੋ, ਸਾਨੂੰ ਵੀ ਉਪਦੇਸ਼ ਹੀ ਸੁਣਨਾ ਹੈ, ਪੂਰੇ ਗੁਰ ਕਾ ਉਪਦੇਸ਼ ਹੀ ਸੁਣਨਾ ਹੈ, ਕੋਈ ਇਕੱਲਾ ਮੱਥਾ ਤਾਂ ਨਹੀਂ ਟੇਕਣਾ ਹੈ, ਆਖੋ ਵਾਹਿਗੁਰੂ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੋ ਜਹਾਨ ਦੇ ਮਾਲਕ ਜੀ ਕਹਿੰਦੇ, ਨੰਦ ਲਾਲ ਇੱਕ ਤਾਂ ਕੇਸ ਨਹੀਂ ਕਤਲ ਕਰਨੇ, ਧਿਆਨ ਦਿਓ ਕੀ ਕਿਹਾ, ਸਾਰੇ ਬੋਲੋ ਹਾਂ ਭਲਾ, ਇੱਕ ਤੰਬਾਕੂ ਦੀ ਵਰਤੋਂ ਨਹੀਂ ਕਰਨੀ, ਇਹ ਦੋ ਗੱਲਾਂ ਚੇਤੇ ਰੱਖ ਲਾ ਨੰਦ ਲਾਲ। ਸਤਿਗੁਰੂ ਬਾਹੂ ਫੜ ਕੇ ਜ਼ਿੰਦਗੀ ਦੇ ਸਰੋਵਰ 'ਚੋਂ, ਦਰਿਆ 'ਚੋਂ ਬਾਹਰ ਕੱਢ ਲਓ, ਇਸ ਭਵਜਲ ਦੇ ਵਿੱਚੋਂ ਬਾਹਰ ਕੱਢ ਲਓ। ਅਤੇ ਮੈਂ ਵੇਖਣ ਡਿਆ ਸਾਂ ਆ ਜਿਹੜੀ ਭਾਈ ਇੰਦਰਜੀਤ ਸਿੰਘ ਹੁਣਾਂ ਕਿਤਾਬ ਵੰਡੀ ਅੱਜ, ਉਹਦੇ ਵਿੱਚ ਮੈਂ ਪੜ੍ਹਦਾ ਸਾਂ, ਆਖੋ ਵਾਹਿਗੁਰੂ ਵੀ ਸਭ ਤੋਂ ਜ਼ਿਆਦਾ ਕੋਮਲਤਾ ਵਾਲਾ ਗੁਰੂ ਹਰ ਰਾਏ ਸਾਹਿਬ ਦਾ ਕੀ ਉਪਦੇਸ਼ ਆ ਅਤੇ ਕੀ ਘਟਨਾ ਸੀ। ਅਤੇ ਉਹ ਇਹੋ ਹੀ ਘਟਨਾ ਸੀ ਵੀ ਚੋਲੇ ਨਾਲ ਅੜਕੇ ਇੱਕ ਬੋਲੋ, ਸਾਰਿਆਂ ਨੂੰ ਪਤਾ ਤਾਂ ਬੋਲੋ ਫਿਰ, ਇੱਕ ਫੁੱਲ। ਅਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ, ਦਮਨ ਸੰਕੋਚ ਕੇ ਵੀ ਪੱਲਾ ਸੰਭਾਲ ਕੇ ਚੱਲਣਾ ਹੈ, ਫੁੱਲ ਨਹੀਂ ਤੋੜਨਾ, ਫੁੱਲ ਕੁਦਰਤ ਦੀ ਇੱਕ ਮਹਾਨ ਦੇਣ ਹੈ, ਜਿਹੜਾ ਉਹਦੇ ਅਲਵੇਦਾ ਉਹ ਵੀ ਖਿੜਦਾ ਹੈ, ਪਤਾ ਲੱਗਾ ਜੀ। ਆਹ ਹੁਣ ਇਹਨਾਂ ਦਾ ਲੇਖਾ ਕਿੰਨੇ ਦੇਣਾ ਹੈ ਬੋਲੋ, ਆਪਣੀਆਂ ਪੰਨਾਂ ਦੀਆਂ ਪੰਨਾਂ ਤੋੜ ਕੇ ਰੱਖੇ ਜੇ, ਇਹਨਾਂ ਦਾ ਲੇਖਾ ਕਿੰਨੇ ਦੇਣਾ ਹੈ। ਗੁਰੂ ਇਹਨਾਂ ਫੁੱਲਾਂ ਨਾਲ ਸੋਹਣਾ ਲੱਗਦਾ ਸੀ, ਕੋਰੇ 'ਤੇ ਲੱਗਣੇ ਸ਼ਬਦ, ਆਖੋ ਵਾਹਿਗੁਰੂ, ਇਹਨਾਂ ਫੁੱਲਾਂ ਨਾਲ ਸੋਹਣਾ ਲੱਗਦਾ ਗੁਰੂ? ਫੁੱਲ ਤਾਂ ਆਪ ਇੰਨਾ ਖਿੜਿਆ ਹੈ, ਬੁੱਧੂ ਸ਼ਾਹ ਆਇਆ ਅਤੇ ਭੌਰੇ ਵਾਂਗ, ਜਿਸ ਤਰ੍ਹਾਂ ਕਮਲ ਦੇ ਫੁੱਲ ਵਿੱਚ ਭੌਰਾ ਵੜਦਾ ਅਤੇ ਐਂ ਹੀ ਪੱਤੀਆਂ ਬੰਦ ਹੋ ਜਾਂਦੀਆਂ ਅਤੇ ਉੱਥੇ ਹੀ ਰਹਿ ਜਾਂਦਾ ਨਾ, ਬੁੱਧੂ ਸ਼ਾਹ ਆਇਆ ਮੇਰੇ ਗੁਰੂ ਦੇ ਕੋਲ ਖਿੜੇ ਫੁੱਲ ਕੋਲ, ਐਸੀ ਗਲਵੱਕੜੀ ਪਈ, ਫਿਰ ਬੁੱਧੂ ਸ਼ਾਹ ਗੁਰੂ ਦਾ ਹੀ ਹੋ ਗਿਆ, ਆਖੋ ਵਾਹਿਗੁਰੂ। ਨੰਦ ਲਾਲ ਸਾਹਿਬ ਆਏ, ਇੰਨੇ ਵਿਦਵਾਨ ਆਏ ਸੀ, ਸੁਗੰਧੀ ਲੈ ਕੇ ਮੁੰਨ ਲਈ, ਮਗਰ ਐਸੀ ਸੁਗੰਧੀ ਲਈ ਅੰਦਰ ਹੀ ਬੰਦ ਹੋ ਕੇ ਫਿਰ ਅਨੰਦਪੁਰ ਸਾਹਿਬ ਜੋਗੇ ਹੀ ਰਹਿ ਗਏ। ਮੇਰੇ ਕਹਿਣ 'ਤੇ ਹੱਟਣਾ ਤਾਂ ਕਿਸੇ ਨਹੀਂ, ਮਗਰ ਗੁਰੂ ਕੇ ਸਿੱਖੋ, ਜੇ ਇੱਕ ਫੁੱਲ ਦੀ ਪੱਤੀ ਟੁੱਟਣ ਕਰਕੇ, ਪਕੜ ਰਹੇ ਹੋ ਜੀ, ਇੱਕ ਫੁੱਲ ਦੀ ਪੱਤੀ ਟੁੱਟਣ ਕਰਕੇ ਉਹਨੂੰ ਗੁਰੂ ਕਹਿ ਸਕਦਾ ਹੈ ਵੀ ਦਾਮਨ? ਅਤੇ ਜਦੋਂ ਅਸੀਂ ਪੰਡਾਂ ਦੀਆਂ ਪੰਡਾਂ, ਭਾਈ ਵੀਰ ਸਿੰਘ ਸਾਹਿਬ ਜੀ ਦਾ ਇੱਕ ਬਚਨ ਕਹਿ ਕੇ ਸਮਾਪਤੀ ਕਰਦਾ, ਟਾਹਣੀ ਨਾਲੋਂ ਤੋੜ ਨਾ ਸਾਨੂੰ ਅਸੀਂ ਹੱਟ ਮਹਿਕ ਦੀ ਲਾਈ, ਪਤਾ ਨਹੀਂ ਕਿੰਨਾ ਚਿਰ ਇਹਨਾਂ ਨੇ ਖੁਸ਼ਬੋ ਵੰਡਣੀ ਸੀ, ਹੁਣ ਇਹਨਾਂ ਨੂੰ ਤੁਸੀਂ ਕੂੜੇ 'ਤੇ ਸੁੱਟਣਾ ਹੈ, ਇਹਨਾਂ ਨੇ ਪੈਰੇ ਵਿੱਚ ਪੈਰਾਂ 'ਚ ਰੁਲਣਾ ਹੈ। ਗੁਰੂ ਕੇ ਸਿੱਖੋ, ਇੱਕ ਸਿੱਖ ਦੀ ਜ਼ਿੰਦਗੀ ਬਰਬਾਦ ਕਰਨੀ ਅਤੇ ਇੱਕ ਫੁੱਲ ਦੀ ਜ਼ਿੰਦਗੀ ਬਰਬਾਦ ਕਰਨੀ, ਲਾਗੇ ਲਾਗੇ ਦੀ ਕਹਾਣੀ ਹੈ।
ਸਿੱਖ ਵੀ ਖਿੜੇ ਅਤੇ ਇਹਦੇ ਵਿੱਚੋਂ ਖੁਸ਼ਬੋ ਉੱਠੇ, ਸਿੱਖ ਵੀ ਖਿੜੇ ਅਤੇ ਇਹਦੇ ਵਿੱਚੋਂ, ਅਤੇ ਫੁੱਲ ਵੀ ਜਦੋਂ ਖਿੜਦਾ ਇਹਦੇ ਵਿੱਚੋਂ, ਕਿੰਨੇ ਆ ਭੌਰਿਆਂ ਰਸ ਪੀਣਾ ਸੀ। ਮੇਰੀ ਹੱਥ ਜੋੜ ਕੇ ਬੇਨਤੀ ਹੈ ਪ੍ਰਬੰਧਕਾਂ ਨੂੰ, ਗੁਰੂ ਕੇ ਸਿੱਖੋ, ਗੁਰੂ ਵੈਸੇ ਹੀ ਬੜਾ ਸੋਹਣਾ ਹੈ, ਗੁਰੂ ਕਿ ਹੁਸਨਲ, ਵਾਹ ਵਾਹ ਸ਼ਾਬਾਸ਼, ਕਿ ਹੁਸਨਲ ਵਜ਼ੂ ਹੈ, ਬੋਲੋ ਹਾਂ, ਵਜੂ ਮਣੇ ਵਜੂਦ, ਮਹਾਰਾਜ ਤੇਰਾ ਤਾਂ ਵਜੂਦ ਹੀ ਸਾਰਾ ਹੁਸਨ ਵਾਲਾ ਹੈ, ਇੱਕ ਅੰਗ ਤੋਂ 1430 ਅੰਗ ਤੱਕ ਕਿਤੇ ਉਹ ਦਰਸ਼ਨ ਕਰੋ, ਸੋਹਣਾ ਹੀ ਸੋਹਣਾ ਹੈ। ਤੈਨੂੰ ਫੁੱਲਾਂ ਦੀ ਜ਼ਰੂਰਤ ਥੋੜ੍ਹੀ ਆ ਵੀ ਫੁੱਲ ਲਾਏ ਹੋਣਗੇ, ਡੈਕੋਰੇਸ਼ਨ ਕੀਤੀ ਉੱਤੇ, ਗੁਰੂ ਤਾਂ ਸੋਹਣਾ ਹੈ। ਗੁਰੂ ਕੇ ਸਿੱਖੋ ਹੁਸਨਲ ਤਮਾਮ ਉਲ ਰਜ਼ੂ ਹੈ, ਸਾਰਿਆਂ ਦਾ ਧਿਆਨ ਰੱਖਣ ਵਾਲਾ ਅਤੇ ਸਭ ਤੋਂ ਸੁੰਦਰ ਹੈ ਗੁਰੂ। ਗੁਰੂ ਇੰਨਾ ਸੁੰਦਰ ਹੈ, ਇਹਨੂੰ ਪੜ੍ਹੋ ਸਮਝੋ ਤਾਂ ਕਿ ਤੁਸੀਂ ਵੀ ਸੁੰਦਰ ਹੋ ਸਕੋ। ਗਰੀਬ ਨਿਵਾਜ ਤੁਹਾਨੂੰ ਸਾਰਿਆਂ ਨੂੰ ਗਰੀਬ ਨਿਵਾਜ ਚੜ੍ਹਦੀ ਕਲਾ ਬਖਸ਼ੇ। ਵਧਾਈਆਂ ਵਾਲਾ ਕੰਸੈਪਟ ਪੰਡਤ ਤੁਹਾਨੂੰ ਦੱਸਦਾ ਹੈ, ਵਧਾਈ ਉਹਨੂੰ ਜਿਹਨੇ ਮੇਰੇ ਗੁਰੂ ਨੂੰ ਵੇਖ ਲਿਆ ਹੈ, ਜਿਹਨੇ ਮੇਰੇ ਗੁਰੂ ਦੇ ਦਰਸ਼ਨ ਕਰ ਲਏ ਨੇ। ਸਤਿਗੁਰੂ ਨੂੰ ਸਭ ਕੋ ਜੇਤਾ ਜਗਤ, ਅੱਗੇ ਕੀ ਆ, ਡਿੱਠੇ ਮੁਕਤ ਨਾ ਹੋਵੀ ਜਿੱਚਰ। ਕੋਰੇ ਕੋਰੇ ਜਵਾਬ ਨੇ, ਆ ਤੁਸੀਂ ਪੰਡਾਂ ਬੰਨੀ ਫਿਰੋ ਤਾਂ ਕੋਈ ਗੱਲ ਨਹੀਂ, ਕੋਰੇ ਕੋਰੇ ਜਵਾਬ ਨੇ, ਮੁਕਤੀ ਨਹੀਂ ਜੇ ਮਿਲਣੀ ਜਿੰਨਾ ਚਿਰ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕਰਦੇ। ਸਾਰੇ ਵਿਚਾਰ ਕਰੋ, ਬਾਣੀ ਨੂੰ ਪਿਆਰ ਨਾਲ ਪੜ੍ਹੋ, ਜੁੜ ਕੇ ਪੜ੍ਹੋ, ਗੁਰੂ ਦਾ ਸਤਿਕਾਰ ਕਰੋ, ਅੰਮ੍ਰਿਤ ਵੇਲੇ ਉੱਠਿਆ ਕਰੋ, ਇਸ਼ਨਾਨ ਕਰਿਆ ਕਰੋ, ਜ਼ਿੰਦਗੀ ਦਾ ਨੇਮ ਬਣਾ ਲਓ। ਸਤਿਗੁਰੂ ਸਾਰਿਆਂ ਦਾ ਚੜ੍ਹਦੀ ਕਲਾ ਵਿੱਚ ਅਸੀਸ ਦੇਵੇ, ਸਾਰਿਆਂ ਦਾ ਭਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।